ਦੇਖੋ ਜਦੋਂ ਅਸੀਂ ਛੋਟੇ ਹੁੰਦੇ ਪੜ੍ਹਦੇ ਹੁੰਦੇ ਨਾ ਆਪਦੇ ਸਕੂਲ 'ਚ ਸਾਡੇ ਸਕੂਲ ਕੋਲੇ ਸੀ ਸਿਵੇ ਹਾਂ ਤੇ ਜਦੋਂ ਕੋਈ ਬੰਦਾ ਮਰ ਜਾਂਦਾ ਮਾਸਟਰ ਸਾਨੂੰ ਛੁੱਟੀ ਕਰ ਦਿੰਦੇ ਚਲੋ ਇੱਕ ਦਿਨ ਅਸੀਂ ਸਕੂਲ ਜਾ ਰਹੇ ਸੀ ਉਦੋਂ ਸਾਡੇ ਕੋਲੇ ਫੱਟੀਆਂ ਹੁੰਦੀਆਂ ਸੀ ਹੁਣ ਤਾਂ ਫੱਟੀਆਂ ਹੈ ਨਹੀਂ ਬੱਚਿਆਂ ਕੋਲੇ ਚੌਂਕੜੀ ਤੇ ਦੋ ਬੁੜੇ ਬੈਠੇ ਹਾਂ ਇਹਨੇ ਸਾਡੇ 'ਚੋਂ ਸਭ ਤੋਂ ਪਹਿਲਾਂ ਗੱਲ ਕੱਢੀ ਇਹ ਮੇਰੇ ਮੋਢੇ ਤੇ ਹੱਥ ਮਾਰ ਕੇ ਆਦਾ ਉਹ ਸੁਖਰਾਜ ਮੈਂ ਕਿਹਾ ਹਾਂ ਆਦਾ ਬੈਠੀਆਂ ਆਪਣੀਆਂ ਦੋ ਛੁੱਟੀਆਂ ਬਸ ਹਉਏ ਤੇਰੇ ਦਾਰ ਆਕੇ ਕਾਟ ਰਹੇ ਕਿਸੇ ਚੀਜ਼ ਦਾ ਨਸਬ ਦੀ ਤੂੰ ਪੂਰੀ ਕਰੇ ਦੀਡ ਮੇਰੇ ਦਾਤਿਆ ਅੜਗੇ ਸਵਾ ਤੇ ਰਖ ਚਰਨਾ ਚ ਧਿਆਨ ਤੇਰੇ ਕਬਤਾ ਦੀ ਫੇਟਕਾਰ ਦੀਡ ਮੇਰੇ ਦਾਤਿਆ ਮੈਮਰੀ ਵਧਾ ਦੇ ਸਾਡੇ ਉਜਲੇ ਦਿਮਾਗ ਹੁਣ ਪੜ ਸੁਣ ਗਿਆਨ ਹੋ ਜੇ ਦੀਡ ਮੇਰੇ ਦਾਤਿਆ ਹੋੜ ਬਣ ਸੇਵਾ ਕਰੇ ਸਾਹਿਤ ਕਵੀ ਸ਼ਰੀ ਦੀ ਰੇਵਤੀ ਜਮੇਰ ਦੀਡ ਜੀ ਸਾਡ ਮੇਰੇ ਦਾਤਿਆ ਇਸ ਉਮਰ ਦੇ ਵਿੱਚ ਕਿਵੇਂ ਤੁਹਾਡੇ ਪਰਿਵਾਰ ਵਾਲੇ ਤੁਹਾਡੇ ਬੱਚੇ ਹੀ ਨਹੀਂ ਕਹਿੰਦੇ ਵੀ ਨਹੀਂ ਤੁਸੀਂ ਪਹਿਲਾਂ ਤੁਸੀਂ ਆਪਦਾ ਸ਼ੌਂਕ ਪੂਰਾ ਕਰ ਲਿਆ ਹੁਣ ਉਮਰ ਬਹੁਤ ਹੋ ਗਈ ਵੀ ਨਹੀਂ ਕਰਨਾ ਚਾਹੀਦਾ ਤੁਸੀਂ ਸਾਨੂੰ ਐ ਕਹਿ ਰਹੇ ਹੋ ਵੀ ਹਨਾ ਵੀ ਐਡੀ ਉਮਰ ਚ ਤੇ ਸਾਨੂੰ ਤਾਂ ਸੱਚੀ ਵਿੱਚ ਹੀ ਲੱਗਦੀ ਦੀ ਸਾਡੀ ਇੰਨੀ ਉਮਰ ਹੋ ਗਈ ਹਜੇ ਤਾਂ ਬਚਪਨ ਹੀ ਲੱਗ ਰਿਹਾ ਵੀ ਹਾਂ ਇਹ ਤਾਂ ਕੋਈ ਗੱਲ ਨਹੀਂ ਚੜਦੀ ਕਲਾ ਚ ਪੂਰੀ ਡੋਲ ਦੇ ਜ਼ੁਬਾਨਾਂ ਸਾਡੀਆਂ ਤੇ ਮਿਸ਼ਰੀ ਦਿਲ ਖੁਸ਼ ਹੋ ਜੇ ਕਰਕੇ ਕਬੀ ਸ਼ਰੀ ਸਾਡਾ ਬੋਲ ਬੋਲਿਆ ਨਾ ਕਿਸੇ ਨੂੰ ਰੜ ਕੇ ਗਾਉਂਦੇ ਰਹੀਏ ਤੁਹਾਡੇ ਚਰਨਾਂ 'ਚ ਖੜਕੇ ਬੋਲਣ ਤੋਂ ਪਹਿਲਾਂ ਗੱਲ ਰਹੇ ਤੋਲੀ ਦੀ ਤੇ ਸੇਵਾ ਰਹੀਏ ਕਰਦੇ ਪੰਜਾਬੀ ਬੋਲੀ ਦੀ ਲੋਕਾਂ ਨੂੰ ਇਹ ਵੀ ਦੱਸ ਦੋ ਵੀ ਤੁਸੀਂ ਹੈੱਡਮਾਸਟਰ ਹਾਂ ਕਿਤੇ ਪੱਖੋਂ ਮੈਂ ਸਰਕਾਰੀ ਮੁਖਧਿਆਪਕਾਂ ਮੈਨੂੰ ਆਏ ਤਾਂ ਨਹੀਂ ਲੱਗਦਾ ਵੀ ਸੋਤੋ ਜਵਾਕ ਡਰਦੇ ਹੋਣਗੇ ਨਾ 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 ਸਾਨੂੰ ਪਿਆਰ ਕਰਦੇ ਨੇ ਬੱਚੇ ਡਰਾਉਣ ਦੀ ਲੋੜ ਹੀ ਨਹੀਂ ਹੁੰਦੀ ਜੀ ਬੱਚਿਆਂ ਨੂੰ ਹਾਂ ਹਾਂ ਕਿਉਂਕਿ ਜਦੋਂ ਇਹ ਆਉਂਦੇ ਨੇ ਸਕੂਲਾਂੋਂ ਪੜ੍ਹ ਕੇ ਲਾਹ ਹੰਦੇ ਠੇਕੇਮਾਂ ਵਸ ਗੋਦੀ ਚੜ੍ਹ ਕੇ ਲਾਗ ਡਾਟ ਵੀ ਕਰਦੇ ਸਦਾ ਤਬਾਹੀ ਸਭ ਧਰਮਾਂ ਦੇ ਗ੍ਰੰਥ ਵੇਖ ਲੋ ਇਹੀ ਦੇਣ ਗਵਾਹੀ ਦੂਜਿਆਂ ਨੂੰ ਦੁੱਖ ਦੇਵਣ ਵਾਲੇ ਆਪ ਕਸੂਤੇ ਫਸਦੇ ਸੱਜਣ ਜੀ ਹੱਸਦਿਆਂ ਦੇ ਹੱਸਦਿਆਂ ਦੇ ਘਰ ਵਸਦੇ ਸੱਜਣ ਜੀ ਹੱਸਦਿਆਂ ਦੇ ਥੋ ਦੂਜੇ ਸੂਬੇ ਕਹਿੰਦੇ ਨੇ ਤੇਰੀ ਸਭ ਤੇ ਸੀ ਸਰਦਾਰੀ ਤੇਰੇ ਸ਼ੇਰ ਪੰਜਾਬੀ ਤੋਂ ਦਰਦੀ ਸੀ ਤਦ ਦੁਨੀਆਂ ਸਾਰੀ ਹਾਏ ਬੂਦੀ ਗੂੰਜੇ ਪਵੇ ਜਿੱਥੇ ਸੀ ਸ਼ਾਬਾਤੇ ਬੱਲੇ ਉੱਠ ਜਾਗ ਪੰਜਾਬ ਸਿਆ ਸੋਚ ਤੇਰੇ ਕੀ ਰਹਿ ਗਿਆ ਪੱਲੇ ਕਦਮ ਅਦਰੇ ਵਜਨ ਹੋ ਗਏ ਹੌਲੇ 25 ਸਾਲਿਆਂ ਦੇ ਆਉਣ ਲੱਗੇ ਧੌਲੇ ਹਟੇ ਫੱਕਰਾ ਫਰਕ ਨੂੰ ਡੌਲੇ ਕਿਵੇਂ ਉਗੂ ਸਾਡੀ ਪੁਸ਼ਪ ਪਨੀਰੀ ਜਿਆਦੇ ਵੀ ਜੋ ਮੋਠ ਮੱਕੀਆਂ ਘਟ ਲਾਉਣੀ ਐ ਪੰਜਾਬੀ ਜੱਟੋ ਜੀਰੀ ਕਹਿੰਦਾ ਰਹੂਗਾ ਸੰਗੀਤ ਰਾਗੀ ਢਾਡੀ ਜਿਉਂਦੇ ਰਹਿਣਗੇ ਲੋਕ ਗੀਤਾਂ ਨਾਲ ਦਾਦਾ ਦਾਦੀ ਜਿਉਂਦੇ ਰਹਿਣਗੇ ਰੱਸਾ ਕਸੀ ਘੋਲ ਤੇ ਕਬੱਡੀ ਜਿਉਂਦੇ ਰਹਿਣਗੇ ਦਿੰਦੇ ਰਹੋ ਪਿਆਰ ਭਰ ਮੁਠੀਆਂ ਲਖਾਰੀਆਂ ਨੂੰ ਜੇ ਬੋਲੀ ਜਿਉਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ ਉਹ ਲਾਇਆ ਦਰਬਾਰ ਆਖਰੀ ਸ਼ੇਰੇ ਪੰਜਾਬ ਨੇ ਸਤਗੁਰ ਨੇ ਪੂਰੇ ਕੀਤੇ ਤੱਕੇ ਜੋ ਖਾਬ ਨੇ ਲੱਖਾਂ ਤਨਵਾਦ ਕਰਾਂ ਮੈਂ ਸੱਚੇ ਮਹਾਰਾਜ ਦਾ ਨੀਵਨਾ ਹੋ ਜੇ ਸਿੰਘੋ ਚੰਡਾ ਸਿੱਖ ਰਾਜ ਦਾ ਨੀਵਾ ਨਾ ਹੋ ਜੇ ਸਿੰਘੋ ਹੋਇ ਰਾਜ ਦੇ ਮੁਖੀ ਚੋਣ ਮੇ ਸੱਦੇ ਸਰਦਾਰ ਜੀ ਖੜਿਆ ਨਾ ਜਾਵੇ ਕਾਫੀ ਚਿਰ ਦੇ ਬੰਮਾਰ ਜੀ ਉੱਚਾ ਮੁੱਲ ਰਹੀ ਹਮੇਸ਼ਾ ਮੇਰੇ ਸਿਰ ਤਾਜ ਦਾ ਨੀਵਾ ਨਾ ਹੋ ਜੇ ਸਿੰਘੋ ਚੰਡਾ ਸਿੱਖ ਰਾਜ ਦਾ ਨੀਵਾ ਨਾ ਹੋ ਜੇ ਸਿੰਘੋ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦੇ ਆ ਤੁਹਾਡਾ ਟਾਕ ਵਿਦ ਰਤਨ ਦੇ ਵਿੱਚ ਅਕਸਰ ਹੀ ਜਿਵੇਂ ਅਸੀਂ ਤੁਹਾਨੂੰ ਪੰਜਾਬ ਦੇ ਨਾਲ ਜੁੜੇ ਹੋਏ ਵੱਖੋ-ਵੱਖ ਉਹ ਲੋਕ ਜਾਂ ਵੱਖੋ-ਵੱਖ ਉਹ ਰੰਗ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਣੇ ਆ ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਇਦਾਂ ਸਮਝਦੇ ਨੇ ਵੀ ਉਹ ਲੋਪ ਹੋ ਗਏ ਜਾਂ ਕਿਤੇ ਨਾ ਕਿਤੇ ਸਾਥੋਂ ਦੂਰ ਕਰ ਲਏ ਇਹ ਜ਼ਰੂਰ ਆ ਵੀ ਜਿਹੜਾ ਜ਼ਮਾਨਾਗਾ ਉਹ ਬਦਲ ਗਿਆ ਪਰ ਬਹੁਤ ਸਾਰੇ ਲੋਕ ਜ਼ਮਾਨੇ ਨੂੰ ਬਦਲ ਨਹੀਂ ਦਿੰਦੇ ਉਹ ਆਪਣੀ ਜੜਾਂ ਦੇ ਨਾਲ ਆਪਣੇ ਖਿੱਤੇ ਦੇ ਨਾਲ ਉਵੇਂ ਹੀ ਆਪਣੇ ਸਮਾਜ ਨੂੰ ਆਪਣੇ ਪਿੰਡਾਂ ਵਾਲਿਆਂ ਨੂੰ ਜੋੜ ਕੇ ਰੱਖਦੇ ਨੇ ਅੱਜ ਇੱਕ ਅਜਿਹਾ ਹੀ ਰੰਗ ਤੁਹਾਨੂੰ ਦਿਖਾਵਾਂਗੇ ਸਾਡੇ ਨਾਲ ਅੱਜ ਤਿੰਨ ਸ਼ਖਸੀਤਾਂ ਮੌਜੂਦ ਰਹਿਣੀਆਂ ਕੋਈ ਸ਼੍ਰੀ ਜੱਥੇ ਦੀ ਗੱਲ ਕਰਦੇ ਆ ਅਸੀਂ ਅੱਜ ਢੱਡੇ ਪਿੰਡ 'ਚ ਮੌਜੂਦ ਆ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਤਿੰਨ ਉਹ ਖਾਸ ਲੋਕ ਦੋ ਲੋਕ ਸਰਕਾਰੀ ਟੀਚਰ ਨੇ ਤੇ ਜਿਹੜੇ ਤੀਸਰੇ ਨੇ ਉਹ ਵੀ ਐਫ ਕੋਰਪ ਡਿਪਾਰਟਮੈਂਟ ਡਿਪਾਰਟਮੈਂਟ ਦੇ ਵਿੱਚ ਜੌਬ ਕਰਦੇ ਨੇ ਮਤਲਬ ਕਿੰਨੇ ਲੋਕ ਜੌਬ ਕਰਦੇ ਨੇ 50 ਉਮਰ ਨੂੰ ਹੱਥ ਪਾਉਣ ਵਾਲੇ ਨੇ 50 ਸਾਲਾਂ ਦੇ ਹੋਣ ਵਾਲੇ ਨੇ ਪਰ ਫਿਰ ਵੀ ਉਹ ਆਪਣੀਆਂ ਜੜਾਂ ਦੇ ਨਾਲ ਜੁੜੇ ਹੋਏ ਨੇ ਸਿਰਫ ਸ਼ੌਂਕ ਕਰਕੇ ਤੇ ਸਿਰਫ ਆਪਣੇ ਸਮਾਜ ਨੂੰ ਬਿਹਤਰ ਕਰਨ ਵਾਸਤੇ ਸਾਡੇ ਨਾਲ ਮੌਜੂਦ ਰਹਿਣਗੇ ਬਲਕਰਨ ਸਿੰਘ ਜੀ ਜਗਸੀਰ ਸਿੰਘ ਜੀ ਬਾਈ ਜੀ ਤੁਹਾਡਾ ਨਾਮ ਆ ਭੁੱਲ ਗਿਆ ਸੁਖਰਾਜ ਸਿੰਘ ਸੁਖਰਾਜ ਸਿੰਘ ਜੀ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈ ਦੇਣਾ ਚਾਹੂੰਗਾ ਆਪਾਂ ਇੱਕ ਪ੍ਰੋਗਰਾਮ 'ਚ ਮਿਲੇ ਸੀ ਉਥੇ ਤੁਹਾਡੀ ਜਿਹੜੀ ਅਸੀਂ 5 ਮਿੰਟ ਦੀ ਪੇਸ਼ਕਾਰੀ ਦੇਖੀ 5 ਤੋਂ 10 ਮਿੰਟ ਦੀ ਦਿਲ ਨੂੰ ਛੂ ਗਈ ਸਾਨੂੰ ਲੱਗਿਆ ਵੀ ਤੁਹਾਡੇ ਨਾਲ ਗੱਲਬਾਤ ਵੀ ਕਰਨੀ ਚਾਹੀਦੀ ਆ ਤੇ ਸਮਾਜ ਦੇ ਸਾਹਮਣੇ ਤੁਹਾਡੇ ਅਰਗੇ ਲੋਕਾਂ ਨੂੰ ਲੈ ਕੇ ਵੀ ਆਉਣਾ ਚਾਹੀਦਾਗਾ ਪਹਿਲਾ ਸਵਾਲ ਮੈਂ ਤੁਹਾਤੋ ਹੀ ਸ਼ੁਰੂ ਕਰੂੰਗਾ ਇਸ ਉਮਰ ਦੇ ਵਿੱਚ ਕਿਵੇਂ ਮਤਲਬ ਘਰ ਦੇ ਵਿੱਚ ਤੁਹਾਡੇ ਪਰਿਵਾਰ ਵਾਲੇ ਤੁਹਾਡੇ ਬੱਚੇ ਹੀ ਨਹੀਂ ਕਹਿੰਦੇ ਵੀ ਨਹੀਂ ਤੁਸੀਂ ਪਹਿਲਾਂ ਤੁਸੀਂ ਆਪਦਾ ਸ਼ੌਂਕ ਪੂਰਾ ਕਰ ਲਿਆ ਹੁਣ ਉਮਰ ਬਹੁਤ ਹੋ ਗਈ ਵੀ ਨਹੀਂ ਕਰਨਾ ਚਾਹੀਦਾ ਅਸਲ ਵਿੱਚ ਪਹਿਲਾਂ ਮੇਰੇ ਪਰਦਾਦਾ ਜੀ ਗਿਆਨੀ ਸੰਤਾ ਸਿੰਘ ਜੀ ਜੀ ਉਹ ਕਵਿਸ਼ਰੀ ਲਿਖਦੇ ਵੀ ਸੀ ਤੇ ਗਾਉਂਦੇ ਵੀ ਸੀ ਜੀ ਤਕਰੀਬ ਮੈਂ 7.5 ਸਾਲ ਉਹਨਾਂ ਦਾ ਜਿਹੜਾ ਸਾਥ ਮਾਣਿਆ ਜੀ ਤੇ ਉਹਨਾਂ ਦੇ ਨਾਲ ਹੀ ਮੇਰਾ ਮੰਜਾ ਬਿਸਤਰਾ ਹੁੰਦਾ ਸੀਗਾ ਕਿ ਅਸੀਂ 11 11 12 ਵਜੇ ਤੱਕ ਜਿਹੜਾ ਕਵਿਸ਼ਰੀ ਦਾ ਰੰਗ ਅਸੀਂ ਆਪਸ ਵਿੱਚ ਬਖੇਰਦੇ ਰਹਿੰਦੇ ਸੀ ਤੇ ਉਹੀ ਚੇਟਕ ਲੱਗੀ ਤੇ ਉਹਦੇ ਵਿੱਚ ਜਿਹੜਾ 5-7 ਸਾਲ ਗੈਰਬੀ ਪੈ ਗਿਆ ਤੇ ਉਸ ਤੋਂ ਬਾਅਦ ਉਹ ਚੇਟਕ ਜਿਹੜੀ ਲਾਈ ਸੀ ਬਰਦਾਦਾ ਜੀ ਨੇ ਉਹ ਫਿਰ ਦੁਬਾਰਾ ਉੱਭਰ ਕੇ ਆਈ ਸਾਥੀਆਂ ਨਾਲ ਮੇਲ ਹੋ ਗਿਆ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਕਵੀਸ਼ਰੀ ਨੂੰ ਸਮਰਪਿਤ ਹੋ ਗਏ ਤੇ ਇੱਕ ਸ਼ੌਕੀਆ ਤੌਰ ਤੇ ਅਸੀਂ ਕਵੀਸ਼ਰੀ ਅੱਜ ਗਾ ਰਹੇ ਹਾਂ ਕਰ ਰਹੇ ਜੀ ਤੁਹਾਡਾ ਵੀ ਸੇਮ ਹੀ ਹੈ ਤੁਸੀਂ ਵੀ ਪਹਿਲਾਂ ਤੋਂ ਜੁੜੇ ਹੋਏ ਸੀਗੇ ਹਾਂਜੀ ਹਾਂਜੀ ਮੈਨੂੰ ਪਿਆਰ ਹੀ ਇਸ ਤਰ੍ਹਾਂ ਕੀਤਾ ਗਿਆ ਐਕਚੁਅਲੀ ਮੈਂ ਕੀਰਤਨ ਦਾ ਵਿਦਿਆਰਥੀ ਆ ਰਾਗੀ ਆ ਜੀ ਗੁਰੂ ਕਾਂਸ਼ੇ ਗੁਰਮਤਿ ਇੰਸਟੀਚਿਊਟ ਤਲਵੰਡੀ ਸਾਬੋ ਵਿਖੇ ਮੈਨੂੰ ਮੇਰੇ ਮਾਪਿਓ ਨੇ ਤਾਲੀਮ ਦਵਾਈ ਵਾਜੇ ਦੀ ਤਬਲੇ ਦੀ ਕੀਰਤਨ ਦੀ ਤੇ ਉਸ ਤੋਂ ਬਾਅਦ ਪ੍ਰਮਾਤਮਾ ਨੇ ਇਹ ਸੇਵਾ ਲੈਣੀ ਸੀ ਸਾਨੂੰ ਪ੍ਰਸਿੱਧੀ ਕਵੀਸ਼ਰੀ ਕਰਕੇ ਮਿਲੀ ਹੈ ਹੂੰ ਡੋਲ ਦੇ ਜ਼ੁਬਾਨਾਂ ਸਾਡੀਆਂ ਤੇ ਮਿਸ਼ਰੀ ਦਿਲ ਖੁਸ਼ ਹੋ ਜੇ ਕਰਕੇ ਕਵੀਸ਼ਰੀ ਸਾਡਾ ਬੋਲ ਬੋਲਿਆ ਨਾ ਕਿਸੇ ਨੂੰ ਰੜ ਕੇ ਗਾਉਂਦੇ ਰਹੀਏ ਤੁਹਾਡੇ ਚਰਨਾਂ 'ਚ ਖੜਕੇ ਹੂੰ ਬੋਲਣ ਤੋਂ ਪਹਿਲਾਂ ਗੱਲ ਰਹੇ ਤੋਲੀ ਦੀ ਤੇ ਸੇਵਾ ਰਹੀਏ ਕਰਦੇ ਪੰਜਾਬੀ ਬੋਲੀ ਦੀ ਸੇਵਾ ਰਹੀਏ ਕਰਦੇ ਪੰਜਾਬੀ ਬੋਲੀ ਦੀ ਜੀ ਤੇ ਲੋਕਾਂ ਨੂੰ ਇਹ ਵੀ ਦੱਸ ਦੋ ਵੀ ਤੁਸੀਂ ਹੈਡਮਾਸਟਰ ਹੋ ਹਾਂ ਕਿਤੇ ਪੱਖੋਂ ਮੈਂ ਸਰਕਾਰੀ ਮੁਖਧਿਆਪਕਾਂ ਜੀ ਸਰਕਾਰੀ ਪ੍ਰਾਇਮਰੀ ਸਕੂਲ ਠਿੰਗੜ ਜ਼ਿਲ੍ਹਾ ਮਾਨਸਾ ਹਮ ਉੱਥੇ ਮੈਂ ਬਤੌਰ ਮੁਖਧਿਆਪਕ ਜੌਬ ਕਰਦਾ ਜੀ ਤੇ ਮੇਰੀ ਜਿਹੜੀ ਵਿਦਿਅਕ ਯੋਗਤਾ ਹੈ ਉਹ 3 ਐਮਏ ਐਮਏ ਪੰਜਾਬੀ ਐਮਏ ਇਤਿਹਾਸ ਐਮਏ ਧਰਮਦਾਨ ਬੀਐਡ ਤੇ ਗਿਆਨੀ ਡਿਪਲੋਮਾ ਇਨ ਸੰਗੀਤ ਫਰੋਮ ਐਸਜੀਪੀਸੀ ਤਲਵੰਡੀ ਸਾਬ ਅਮਰਸਰ ਸਾਹਿਬ ਵਾਹ ਜੀ ਵਾਹ ਕੀ ਬਾਤ ਹੈ ਮੈਨੂੰ ਇਦਾਂ ਲੱਗ ਰਿਹਾ ਹੈਗਾ ਵੀ ਮੈਨੂੰ ਬੋਲਣ ਦੀ ਤਾਂ ਲੋੜ ਨਹੀਂ ਪੈਣੀ ਤੁਸੀਂ ਸਾਰਾ ਕੰਮ ਅੱਜ ਸਾਂਭ ਲੈਣਾਗਾ ਮੈਂ ਬਹਿਲਾਂਗਾ ਜੀ ਆਪਾਂ ਆ ਜਖਸੀਰ ਜੀ ਤੁਸੀਂ ਵੀ ਟੀਚਰ ਹੋ ਸਰਕਾਰੀ ਹਾਂਜੀ ਹਾਂਜੀ ਮੈਂ ਵੀ ਟੀਚਰ ਹੀ ਆ ਢੱਡੀਪਿੰਡ ਰਹੀ ਦਾ ਹਾਂ ਤੇ ਆ ਬਸ 2 ਕਿਲੋਮੀਟਰ ਤੇ ਡਿੱਖਪਿੰਡ ਪੜਾ ਛੱਡੀ ਦਾ ਹਾਂ ਤੇ ਨਾਲ ਕਵਿਸ਼ਰੀ ਦਾ ਸ਼ੌਂਕ ਐਂ ਕਹੋ ਗਾਉਣ ਦਾ ਸ਼ੌਂਕ ਬਚਪਨ ਤੋਂ ਹੀ ਸੀ ਹੂੰ ਤਿਆਰੀ ਕਰ ਲਈ ਸੀਗੀ ਵੀ ਹਾਂ ਚਲੋ ਦੂਜੀ ਕੈਸਟ ਉਹ ਕਰਦੇ ਹਾਂ ਹੂੰ ਉਹ ਤਿਆਰ ਵੀ ਕਰ ਲਈ ਬਾਅਦ ਚ ਮੇਰੇ ਚਾਰ ਭੈਣਾਂ ਨੇ ਕਮਰਸ਼ੀਅਲ ਕਮਰਸ਼ੀਅਲ ਦੀ ਗੱਲ ਕਰਦੇ ਹਾਂ ਹਾਂ ਉਹ ਵੀ ਤਿਆਰ ਕਰ ਲਈ ਸੀ ਮੈਂ ਹਾਂ ਲਿਆ ਕੇ ਜਦੋਂ ਉਹ ਘਰੇ ਲਿਆ ਕੇ ਉਹਨੂੰ ਟੇਪਰ ਕਾਰਡ ਹੁੰਦੇ ਸੀਗੇ ਜਦੋਂ ਉਹਨਾਂ 'ਚ ਲਾ ਕੇ ਸੁਣੀ ਘਰੇ ਤਾਂ ਉਹ ਭੈਣਾ 'ਚ ਸੁਣਨੀ ਆਂ ਲੱਗੀ ਵੀ ਇਹ ਤਾਂ ਸ਼ਰਮ ਵਾਲੀ ਗੱਲ ਆ ਮੈਂ ਨਹੀਂ ਕਰਨੀ ਹੂੰ ਬਸ ਉਸੇ ਦਿਨ ਤੋਂ ਉਹ ਬੰਦ ਕੀਤੀ ਹੂੰ ਤੇ ਚਲੋ ਪੜਦੇ ਬਣਾਉਂਦੇ ਉਹਨਾਂ ਦੀ ਈਟੀਟੀ 'ਚ ਚਲੇ ਗਏ ਪਹਿਲਾਂ ਅਸੀਂ ਪਿੰਡ ਕੁਸ਼ਕ ਜਿਵੇਂ ਬਲਕਰਨਾਰ ਗਈ ਸੀ ਬੂਟੇ ਵਰਗੇ ਗਰਜੰਟ ਵਰਗੇ ਉਹ ਸੀ ਇੱਥੇ ਪਿੰਡ 'ਚ ਗਾਉਂਦੇ ਸੀ ਇਕੱਠੇ ਗਾਉਣ ਲੱਗ ਗਏ ਜੀ ਆ ਈਟੀਟੀ ਕਰਦੇ ਸਖਰਾਜ ਨਾਲ ਮੇਲ ਹੋ ਗਿਆ ਜੀ ਤੇ ਉੱਥੇ ਅਸੀਂ ਇੱਕ ਜਥਾ ਬਣਾ ਲਿਆ ਅਸੀਂ ਦੋਨੇ ਗਾਉਣ ਲੱਗ ਗਏ ਪਹਿਲਾਂ ਫਿਰ ਬੁਲਕਰਨ ਸੀਗੀ ਨਾਲ ਇਹਨਾਂ ਨੂੰ ਰਲਾ ਲਿਆ ਤੇ ਸਾਡਾ ਜਥਾ ਕਾਇਮ ਹੋ ਗਿਆ ਪਹਿਲਾਂ ਤਾਂ ਵੈਸੇ ਇੱਕ ਦੋ ਪ੍ਰੋਗਰਾਮ ਜਿਲਾਏ ਫਿਰ ਲੋਕ ਜ਼ਿਆਦਾ ਚਾਹਣ ਲੱਗ ਗਏ ਜੀ ਦੂਰ ਦੂਰ ਤੱਕ ਵੀ ਬੁਲਾਉਣ ਲੱਗ ਗਏ ਕਈ ਅਵਾਰਡ ਵੀ ਜਿੱਤ ਲਈ 골ਡ ਮੈਡਲ ਵੀ ਫਿਰ ਪ੍ਰਾਪਤ ਕਰ ਲਈ ਫਿਰ ਹੋਰ ਗਾਉਣ ਦਾ ਸ਼ੌਂਕ ਅ ਦਿਨੋ ਦਿਨ ਚੱਲਦਾ ਗਿਆ ਤੇ ਕੈਸਟ ਵਾਲੀ ਤੁਸੀਂ ਸਾਨੂੰ ਐ ਕਹਿ ਰਹੇ ਹੋ ਵੀ ਹਨਾ ਵੀ ਐਡੀ ਉਮਰ ਚ ਤੇ ਸਾਨੂੰ ਤਾਂ ਸੱਚੀ ਵਿੱਚ ਹੀ ਲੱਗਦੀ ਦੀ ਸਾਡੀ ਇੰਨੀ ਉਮਰ ਹੋ ਗਈ ਹਜੇ ਤਾਂ ਬਚਪਨ ਹੀ ਲੱਗ ਰਿਹਾ ਵੀ ਹਾਂ ਇਹ ਤਾਂ ਕੋਈ ਗੱਲ ਨਹੀਂ ਚੜਦੀ ਕਲਾ ਚ ਪੂਰੀ ਹਾਂ ਹੁਣਾ ਵੀ ਆਈ ਚਾਹੀਦਾ ਤੇ ਜਿਹੜੀ ਉਹ ਤੁਸੀਂ ਕੈਸਟ ਵਾਲੀ ਗੱਲ ਦਸੀ ਸੀ ਕਿਹੜੇ ਸਨ ਦੀ ਆ ਉਹ ਲਗਭਗ 2002 ਦੀ ਨਹੀਂ ਜਿਹੜੀ ਪਹਿਲਾ ਕਰਾਈ ਸੀ ਜਿਹੜੀ 99 'ਚ 95 'ਚ ਜੀ ਸ਼ੁਰੂ ਕੀਤੀ ਉਹ ਤੇ ਜਿਹੜਾ ਸੋਡਾ ਮੇਲ ਆ ਤਿੰਨੇ ਭਰਾਵਾਂ ਦਾ ਉਹ ਉੱਥੇ ਹੋਇਆ ਜਦ ਤੁਸੀਂ ਕੋਰਸ ਕਰਦੇ ਸੀ ਹਾਂ ਉਹ ਇਸ ਤਰ੍ਹਾਂ ਹੋਇਆ ਨਾ ਅਸੀਂ ਦੋਨਾਂ ਨੇ 96 98 ਬੈਚ ਮੇਰਾ ਸੀ ਇਹਨਾਂ ਦਾ ਸੀ 9597 ਈਟੀਟੀ ਦਾ ਬੈਚ ਜੀ ਜ਼ਿਲ੍ਹਾ ਸਖਲਾਈ ਸੰਸਥਾ ਦਿਉਣ ਹੂੰ ਉੱਥੇ ਅਸੀਂ ਦੋਨੇ ਈਟੀਟੀ ਕਰਦੇ ਸੀ ਉੱਥੋਂ ਈਟੀਟੀ ਕਰਦੇ ਕਰਦੇ ਸੀ ਦੋਨੇ ਗਾਉਣ ਲੱਗ ਗਏ ਕਿਉਂਕਿ ਇਹ ਸਿਆਣਿਆਂ ਨੇ ਇੱਕ ਗੱਲ ਬਣਾਈ ਹੈ ਦੋ ਜਣਿਆਂ ਦਾ ਜਥਾ ਨਹੀਂ ਲੱਗਦਾ ਮੈਂ ਵੀ ਇਹਨੂੰ ਕਿਹਾ ਮਖਾ ਆਪਣਾ ਦੋ ਜਣਿਆਂ ਦਾ ਜਥਾ ਨਹੀਂ ਲੱਗਦਾ ਜਥੀ ਜੀ ਲੱਗਦੀ ਹੈ ਹਾਂ ਤੇ ਇਸ ਕਰਕੇ ਤਿੰਨ ਚਾਹੀਦੇ ਨੇ ਕਹਿੰਦਾ ਕਿਉਂ ਹੂੰ ਮੈਂ ਕਿਹਾ ਤਪੱਸਿਆ ਇਕੱਲੇ ਦੀ ਪੜ੍ਹਾਈ ਦੋ ਦੀ ਗਾਉਣ ਤਿੰਨਾ ਦਾ ਬਾਹੀ ਚਾਰ ਦੀ ਯਾਤਰਾ ਪੰਜ ਦੀ ਲੜਾਈ ਨੂੰ ਜਿੰਨੇ ਹੁਣ ਉਨੇ ਹੀ ਥੋੜੇ ਐ ਇਸ ਕਰਕੇ ਇੱਕ ਸਾਥੀ ਹੋਰ ਚਾਹੀਦਾ ਤੇ ਸਾਨੂੰ ਇਹ ਬੀਐਸਸੀ ਐਗਰੀਕਲਚਰ ਕੀਤੀ ਹੋਈ ਇਫਕੋ ਦੇ ਵਿੱਚ ਮੁਲਾਜ਼ਮ ਲੱਗਿਆ ਹੋਇਆ ਬਲਕਰਨ ਸਿੰਘ ਢਿੱਲੋਂ ਢੱਡੇ ਇਹ ਲੱਭ ਗਿਆ ਤੇ ਬਸ ਉਹਦੇ ਤੋਂ ਲੈ ਕੇ ਅਸੀਂ ਅੱਜ ਤਿੰਨੇ ਅੱਜ ਤੱਕ ਕੰਮ ਦੀ ਸੇਵਾ ਕਰ ਰਹੇ ਹਾਂ ਹੂੰ ਵਧੀਆ ਗੱਲ ਆ ਤੇ ਮੈਂ ਚਾਹੂੰਗਾ ਜ਼ਰੂਰ ਕੋਈ ਧਾਰਮਿਕ ਰਾਂਗੇ ਜ਼ਰੂਰ ਹੋ ਜੇ ਫਿਰ ਆਪਾਂ ਅੱਗੇ ਗੱਲਬਾਤ ਹੋਰਾਂਗੇ ਹਾਂ ਅਸੀਂ ਜਿਵੇਂ ਇੱਕ ਵੀ ਸ਼੍ਰੀ ਦੀ ਸ਼ੁਰੂਆਤ ਕਰਦੇ ਆ ਜੀ ਜੀ ਉਹ ਇੱਕ ਮੰਗਲਾ ਚਰਨ ਤੋਂ ਕਵਿੱਤ ਤੋਂ ਹੁੰਦੀ ਹੈ ਜੀ ਉਹ ਸੁਣਾਉਣਾ ਤੁਹਾਨੂੰ ਜੀ ਹਉਏ ਤੇਰੇ ਧਾਰ ਆਕੇ ਕਾਟ ਰਹੇ ਕਿਸੇ ਚੀਜ਼ ਦਾ ਨਸਬ ਦੀ ਤੂੰ ਪੂਰੀ ਕਰੇ ਨੀੜ ਮੇਰੇ ਦਾਤਿਆ ਹੜਗੇ ਸਵਾ ਚ ਰੱਖ ਚਰਨਾ ਚ ਧਿਆਨ ਤੇਰੇ ਕਬਤਾ ਦੀ ਫੇਟਕਾਰ ਨੀੜ ਮੇਰੇ ਦਾਤਿਆ ਮੈਮਰੀ ਵਧਾ ਦੇ ਸਾਡੇ ਉਜਲੇ ਦਿਮਾਗ ਹੋਣ ਪੜ ਸੁਣ ਗਿਆਨ ਹੋ ਜੇ ਨੀੜ ਮੇਰੇ ਦਾਤਿਆ ਗੋੜ ਬਣ ਸੇਵਾ ਕਰੇ ਸਾਹਿਤ ਕਵੀ ਸ਼ਰੀ ਦੀ ਰੇਵਤੀ ਜਮੇਰ ਜੀਤਿਆ ਸੀਡ ਮੇਰੇ ਦਾਤਿਆ এডਿਕੇਸ਼ਨ ਲੋ ਜੇ ਸਾਰਾ ਹੀ ਸਮਾਜ ਸਾਡਾ ਹਰ ਘਰ ਖੁਸ਼ੀ ਹੋਵੇ ਹੋਵੇ ਕੋਈ ਸੈਡ ਨਾ ਧੀ ਨੂੰ ਪਿਆਰ ਨੂੰ ਨੂੰ ਸਤਕਾਰ ਦੇਵੇ ਜੱਗ ਬੱਚਿਆਂ ਤੋਂ ਤੰਗ ਕੋਈ ਹੋਵੇ ਮੰਮੀ ਡੈਡ ਨਾ ਚੰਗਿਆਂ ਦੀ ਚੰਗਾਈ ਗੂੰਜੇ ਅਸਮਾਨ ਤੱਕ ਮਾੜਿਆਂ ਦੀ ਬੰਦਾ ਇੱਥੇ ਕਰੇ ਕੋਈ ਐਡ ਨਾ ਲੰਗੇ ਹੋਣ ਬੰਦ ਧਰਮ ਜਾਤ ਤੇ ਸਿਆਸਤਾਂ ਦੇ ਮਾਨਸ ਕੀ ਜਾਤ ਨੂੰ ਨਜ਼ਰ ਲੱਗੇ ਡੈਡ ਨਾ ਮਾਨਸਕ ਜਾਤ ਨੂੰ ਨਜ਼ਰ ਲੱਗੇ ਬੈੜਨਾ ਮਾਨਸਕੀ ਜਾਤ ਨੂੰ ਨਜ਼ਰ ਲੱਗੇ ਬੈੜਨਾ ਵਾਹ ਜੀ ਵਾਹ ਕੀ ਬਾਤ ਹੈ ਤੇ ਲਿਖਦੇ ਵੀ ਬਾਈ ਆਪ ਹਾਂ ਲਿਖਦੇ ਸਾਡੇ ਚੋ ਜਗਸੀਰ ਸਿੰਘ ਲਿਖਦੇ ਨਾ ਹੂੰ ਉੰਜ ਅਸੀਂ ਪੁਰਾਣੇ ਸ਼ਾਇਰਾਂ ਦੀਆਂ ਲਿਖੀਆਂ ਹੋਈਆਂ ਹੂੰ ਕਬਿਸ਼ਰੀਆਂ ਕਬਤਾਮਾ ਉਹ ਗਾਉਣੇ ਆ ਜਿਨ੍ਹਾਂ ਚੋਂ ਪੰਡਤ ਰੇਵਤੀ ਪ੍ਰਸ਼ਾਦ ਜੀ ਤਲਵੰਡੀ ਸਾਭੋ ਜਿਹੜੇ ਮੇਰੇ ਉਸਤਾਦ ਨੇ ਕਬਿਸ਼ਰੀ ਦੇ ਜਿਨ੍ਹਾਂ ਤੋਂ ਮੈਂ ਕਬਿਸ਼ਰੀ ਦੀਆਂ ਬਰੀਕੀਆਂ ਸਿੱਖੀਆਂ ਇਹਨਾਂ ਦੋਨਾਂ ਦੇ ਉਸਤਾਦ ਅਜਮੇਰ ਸਿੰਘ ਜੀ ਢਿੱਲੋਂ ਬੁਰਜ ਬਠਿੰਡਾ ਜ਼ਿਲ੍ਹਾ ਉਹ ਉਹਨਾਂ ਕੋਲੋਂ ਜੀ ਇਹ ਉਹਨਾਂ ਦੀਆਂ ਕਵਿਸ਼ਰੀਆਂ ਵੀ ਅਸੀਂ ਗਾਉਨੇ ਆ ਬੁਰਜ ਟਿਲਮਾ ਤੋਂ ਹਾਂਜੀ ਬੁਰਜ ਢਿੱਲਮਾ ਮਾਨਸਾ ਜ਼ਿਲ੍ਹਾ ਹੂੰ ਹੂੰ ਜ਼ਿਲ੍ਹਾ ਮਾਨਸਾ ਬੁਰਜ ਟਿਲਮਾ ਹੂੰ ਪਹਿਲਾ ਪਿੰਡ ਹੀ ਇਹ ਮਾਨਸਾ ਜ਼ਿਲ੍ਹੇ ਦਾ ਹਾਂਜੀ ਹਾਂ ਉਥੋਂ ਅਸੀਂ ਉਹਨਾਂ ਦੀਆਂ ਲਿਖੀਆਂ ਹੋਈਆਂ ਕਵਿਸ਼ਰੀਆਂ ਗਾਉਨੇ ਆ ਤੇ ਇਸ ਤੋਂ ਇਲਾਵਾ ਫਕੀਰ ਚੰਦ ਫੱਕਰ ਸਵਰਗਵਾਸੀ ਸਾਡੇ ਕਵੀਸ਼ਰ ਅਤੇ ਕਰਨੈਲ ਸਿੰਘ ਜੀ ਪਾਰਸ ਰਾਮੂ ਵਾਲੀਆ ਸ਼ਬਦ ਦਿੱਤਾ ਦਾਸ ਤੇ ਸਾਡੇ ਦਾਦਾ ਗੁਰੂ ਪੰਡਿਤ ਬਰਮਾਨੰਦ ਜੀ ਡਿੱਖਾਂ ਵਾਲੇ ਉਹਨਾਂ ਦੀ ਸਾਰਿਆਂ ਦੀ ਲਿਖੀ ਹੋਈ ਪੋਇਟਰੀ ਅਸੀਂ ਆਪਦੀ ਜ਼ੁਬਾਨ ਰਹੀਂ गा ਕੇ ਆਪਦੇ ਆਪ ਨੂੰ ਬੜਪਾਗਾ ਸਮਝਦੇ ਆ ਜੀ ਤੇ ਇਹ ਕਿਵੇਂ ਆ ਮਤਲਬ ਜਿਹੜੇ ਤੁਸੀਂ ਅੰਗਰੇਜ਼ੀ ਦੇ ਸ਼ਬਦ ਵਿੱਚ ਉਹ ਕਰਦੇ ਹੋ ਜਾਂ ਇਹ ਕਿਵੇਂ ਇਹ ਮਤਲਬ ਵੱਖਰਾ ਤੁਸੀਂ ਚਲਾਇਆ ਕਿ ਪਹਿਲਾਂ ਹੋਰ ਵੀ ਆਈ ਵੀ ਸਾਡੇ ਗਿਆਨ ਚ ਸਾਡੇ ਮੇਰੇ ਗਿਆਨ ਚ ਵੀ ਵਾਧਾ ਕਰੋ ਦਰਸ਼ਕਾਂ ਦੇ ਗਿਆਨ ਚ ਵੀ ਹਾਂ ਇਹ ਕਿਸੇ ਸ਼ਾਇਰ ਦੀ ਖੂਬੀ ਹੁੰਦੀ ਹੈ ਜੀ ਕਿ ਉਹ ਆਪਦੇ ਕਵਿਤਾ ਦੇ ਵਿੱਚ ਅੰਗਰੇਜ਼ੀ ਦੇ ਸ਼ਬਦ ਕਿਵੇਂ ਮਿਕਸ ਕਰ ਦਿੰਦਾ ਕਿਵੇਂ ਫਿੱਟ ਕਰ ਦਿੰਦਾ ਉਹ ਐਂ ਲੱਗਦਾ ਹੀ ਨਹੀਂ ਆਪਾਂ ਨੂੰ ਵੀ ਅੰਗਰੇਜ਼ੀ ਦੇ ਸ਼ਬਦ ਹੁੰਦੇ ਨਾ ਜਿਵੇਂ ਇੱਕ ਨਮੂਨਾ ਦੇਖੋ ਹੋਏ ਕੌਣ ਲਿਖੂਗਾ ਕਾਵਿ ਅਧੂਰੇ ਛੰਦ ਪਏ ਰਹਿਣੇ ਡੱਬਿਆਂ ਦੇ ਵਿੱਚ ਟੌਨਕ ਤੇਰੇ ਬੰਦ ਪਏ ਰਹਿਣੇ ਗੁਰੂ ਕੋ ਜਤੇ ਸਿਰ ਪਲੈਂਦੇ ਡੋਜ ਨਹੀਂ ਰਹਿਣਾ ਜਗਤ ਮੁਸਾਫਰਖਾਨੇ ਦੇ ਵਿੱਚ ਰੋਜ ਨਹੀਂ ਰਹਿਣਾ ਇੱਕ ਦਿਨ ਪਰਮਟ ਕੈਨਸਲ ਹੋਣੇ ਤੇਰੇ ਸਾਹਾਂ ਦੇ ਲੈ ਕੇ ਆਉਣ ਸੰਪੰਦ ਲੈ ਕੇ ਆਉਣ ਬਰੰਟ ਸਪਾਹੀ ਧੁਰਦਰਗਾਹਾਂ ਦੇ ਜੀ ਸਦਾ ਵਜ਼ੀਰ ਸੰਦੋਹੇ ਕਰਦੇ ਚੋਜ ਨਹੀਂ ਰਹਿਣਾ ਜਗਤ ਮੁਸਾਫਰ ਖਾਨੇ ਦੇ ਵਿੱਚ ਰੋਜ਼ ਨਹੀਂ ਰਹਿਣਾ ਜਗਤ ਮੁਸਾਫਰ ਖਾਨੇ ਦੇ ਵਿੱਚ ਰੋਜ਼ ਨਹੀਂ ਰਹਿਣਾ ਹੂੰ ਵੈਸੇ ਬਹੁਤ ਅੰਗਰੇਜ਼ੀ ਦੇ ਸ਼ਬਦਾਂਾਂ ਤੇ ਵਰਤੋਂ ਕੀਤੀ ਹੋਈ ਜੀ 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 ਵਰਤੋਂ ਕਰੀ ਆ ਪਰਮਟ ਅੰਗਰੇਜ਼ੀ ਦਾ ਸ਼ਬਦ ਹੈ ਕੈਨਸਲ ਅੰਗਰੇਜ਼ੀ ਦਾ ਸ਼ਬਦ ਹੈ ਡੋਜ ਸਿਰਪ ਸਾਰੇ ਇਹ ਟੋਨਿਕ ਪਰ ਉਹਨੇ ਬਾਖੂਬੀ ਨਾਲ ਆਪਦੀ ਕਵਿਸ਼ਰੀ ਚ ਪਾਇਨ ਬਾਬੂ ਰਜਬਲੀ ਸਾਹਿਬ ਹੋਰ ਵੱਡੇ ਵੱਡੇ ਸ਼ਾਇਰਾ ਨੇ ਅੰਗਰੇਜ਼ੀ ਦੇ ਸ਼ਬਦਾਂ ਨੂੰ ਪੰਜਾਬੀ ਦੇ ਵਿੱਚ ਇਸ ਤਰ੍ਹਾਂ ਮਿਲਾਇਆ ਹੋਇਆ ਆ ਜਿਵੇਂ ਤੁਹਾਡਾ ਜਿਹੜਾ ਇਹ ਰੰਗ ਆ ਜਾਂ ਕੋਈ ਸ਼੍ਰੀ ਕਹਿ ਲਈਏ ਆਪਾਂ ਢਾਡੀ ਜਿੱਥੇ ਕਹਿ ਦਈਏ ਜਿਹੜੀਆਂ ਕਲਚਰਲ ਚੀਜ਼ਾਂ ਆਂ ਜਾਂ ਆਪਾਂ ਕਹਿ ਦਈਏ ਵੀ ਸਾਡੇ ਸੱਭਿਆਚਾਰ ਦੇ ਨਾਲ ਜੁੜੀਆਂ ਵੀ ਆਂ ਕਦੇ ਇਸ ਚੀਜ਼ ਨੂੰ ਲੈ ਕੇ ਕੋਈ ਕਿੰਤੂ ਪ੍ਰੰਤੂ ਹੋਇਆਗਾ ਵੀ ਤੁਸੀਂ ਇੱਕ ਪਾਸੇ ਕਹਿੰਦੇ ਆ ਵੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦੇ ਆ ਵੀ ਵਿੱਚ ਅੰਗਰੇਜ਼ੀ ਦੇ ਸ਼ਬਦ ਜਾਂ ਇਹਦਾ ਕੋਈ ਪ੍ਰਸ਼ਨ ਜਿਵੇਂ ਹੁਣ ਮੈਂ ਕਰਤਾ ਫਿਰ ਇਹਨੂੰ ਤੁਸੀਂ ਕਿਵੇਂ ਕਾਊਂਟਰ ਕਰਦੇ ਹੋ ਜਾਂ ਇਹਦਾ ਕੀ ਜਵਾਬ ਹੈ ਨਹੀਂ ਇਸ ਤਰ੍ਹਾਂ ਸਾਨੂੰ ਤਾਂ ਕਦੇ ਨਹੀਂ ਪ੍ਰੋਬਲਮ ਆਈ ਕਿਉਂਕਿ ਜਿੰਨੇ ਸਰੋਤੇ ਸੁਣਦੇ ਨਾ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਨੂੰ ਮੁੱਖ ਰੱਖ ਕੇ ਉਹ ਸੁਣਦੇ ਨਾ ਜੀ ਤੇ ਇਸ ਤਰ੍ਹਾਂ ਦੀ ਕਦੇ ਪ੍ਰੋਬਲਮ ਨਹੀਂ ਆਈ ਹੂੰ ਪਰ ਜੇ ਕਿਸੇ ਨੂੰ ਐ ਲੱਗਦਾ ਹੋਵੇ ਹਾਂ ਤਾਂ ਉਹਦਾ ਇਹੀ ਹੈ ਕਿ ਅੰਗਰੇਜ਼ੀ ਦੇ ਉਹ ਸ਼ਬਦ ਇਹਦੇ ਵਿੱਚ ਮਿਕਸ ਕੀਤੇ ਜਾਂਦੇ ਨੇ ਜਿਹੜੇ ਰੋਜ਼ ਸਾਡੇ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਨੇ ਹਾਂ ਤਾਂ ਇਸ ਕਰਕੇ ਉਹ ਆਰਡ ਨਹੀਂ ਲੱਗਦੇ ਹਨ ਉਹ ਵੱਖਰੇ ਨਹੀਂ ਲੱਗਦੇ ਆ ਲੋਕ ਮਤਲਬ ਇੰਜੋਏ ਕਰਦੇ ਆ ਜੀ ਹਾਂ ਜੀ ਹਾਂ ਕਰ ਚੁੱਕੇ ਲੋਕ ਉਹ ਸ਼ਬਦ ਨਹੀਂ ਇਹ ਹਾਂ ਜਿਵੇਂ ਹੁਣ ਜੇ ਆਪਾਂ ਕਈ ਸ਼ਬਦ ਪੰਜਾਬੀ ਦੇ ਇਹੋ ਜਿਹੇ ਹੋਗੇ ਲੋਕਾਂ ਨੂੰ ਅੰਗਰੇਜ਼ੀ ਦੇ ਸ਼ਬਦ ਸਮਝ ਆ ਜਾਂਦੇ ਆ ਉਹ ਪੰਜਾਬੀ ਦੇ ਨਹੀਂ ਆਉਂਦੇ ਹਾਂ ਹੁਣ ਰੇਡੀਓ ਦੀ ਪੰਜਾਬੀ ਕਿਸੇ ਨੂੰ ਨਹੀਂ ਪਤਾ ਹੁੰਣਾ ਟੈਲੀਵਿਜ਼ਨ ਦੀ ਪੰਜਾਬੀ ਕਿਸੇ ਨੂੰ ਨਹੀਂ ਪਤਾ ਹੁੰਣਾ ਉਹ ਭੁੱਲ ਜਾਂਦੇ ਆ ਵੀ ਹਾਂ ਇਹਦੀ ਕੀ ਹੈ ਹਾਂ ਦੂਰਦਰਸ਼ਨ ਦਾ ਯਾਦ ਹੀ ਨਹੀਂ ਕਿਸੇ ਤੇ ਮੇਰੇ ਖਿਆਲ ਆ ਹਾਂ ਤੇ ਆਕਾਸ਼ਵਾਣੀ ਨਹੀਂ ਪਤਾ ਹਾਂ ਉਹ ਇਸ ਤਰ੍ਹਾਂ ਦੇ ਸ਼ਬਦ ਆ ਫਿਰ ਜਿਹੜੇ ਉਹ ਵਰਤਨੇ ਉਹ ਬਣ ਜਾਂਦੇ ਵੀ ਜਿਹੜੇ ਲੋਕਾਂ ਨੂੰ ਸਮਝ ਵੀ ਆਉਣ ਵੀ ਕੀ ਕਹਿਣਾ ਚਾਹੁੰਦੇ ਆ ਤੇ ਨਵੇਂ ਜਿਹੜੀ ਹੁਣ ਨਵੀਂ ਪੀੜ੍ਹੀ ਉਹ ਸਾਡੀ ਹੈ ਹੀ ਜ਼ਿਆਦਾ ਅੰਗਰੇਜ਼ੀ ਨਾਲ ਜੁੜੀ ਹੋਈ ਤੇ ਉਹਨਾਂ ਨੂੰ ਵੀ ਇਹ ਲੱਗਦਾ ਵੀ ਹਾਂ ਚ ਕੋਸ਼ਣਾ ਕੋ ਸਾਡੀ ਮੇਜ ਦੀ ਗੱਲ ਕਰ ਰਹੇ ਆ ਮੈਨੂੰ ਇਹ ਵੀ ਮੈਨੂੰ ਇਹ ਵੀ ਲੱਗ ਰਿਹਾ ਜਿਵੇਂ ਅਸੀਂ ਉਧਰ ਵੀ ਤੁਹਾਡੀ ਜਿਹੜੀ ਪਰਫਾਰਮੈਂਸ ਆ ਦੇਖੀ ਜਾਂ ਹੁਣ ਆਪਾਂ ਗੱਲਬਾਤ ਕਰ ਰਹੇ ਆ ਮੈਨੂੰ ਐਂ ਲੱਗਦਾ ਵੀ ਤੁਸੀਂ ਬੰਦੇ ਸ਼ਰਾਰਤੀ ਵੀ ਬਹੁਤ ਹੋਵੋਗੇ ਸਟੇਜ ਤੇ ਜਦੋਂ ਕਰਦੇ ਹੋ ਇਹ ਕਿਵੇਂ ਆ ਹਾਂ ਇਹ ਸਟੇਜ ਤੇ ਗੱਲ ਇਸ ਤਰ੍ਹਾਂ ਹੀ ਹੁੰਦਾ ਜੀ ਕਹਿੰਦੇ ਰੋਂਦਾ ਜੇ ਗਵਈਆ ਕੀ ਸਰੋਤਾ ਹੱਸੂਗਾ ਫਰੋਲੇ ਨਹੀਂ ਗ੍ਰੰਥ ਕੀ ਅਰਥ ਦੱਸੂਗਾ ਜੇ ਸਾਡਾ ਆਪ ਦਾ ਹੀ ਚਿਹਰਾ ਉੱਥੇ ਰੋਂਦਾ ਹੋਇਆ ਤੇ ਅਸੀਂ ਸਰੋਤਿਆਂ ਨੂੰ ਨਹੀਂ ਹਸਾ ਸਕਦੇ ਇਸ ਕਰਕੇ ਹੱਸਣਾ ਤੇ ਸ਼ਰਾਰਤੀ ਸੁਭਾਅ ਹੋਣਾ ਜੀ ਇਹ ਇਹ ਵੀ ਇੱਕ ਅੰਗ ਹੈ ਉਹਦਾ ਕਲਾ ਦਾ ਸਟੇਜ ਦਾ ਇੱਕ ਹਿੱਸਾ ਹੈ ਜੀ ਤੇ ਜਿਹਦੇ ਕਰਕੇ ਅਸੀਂ ਉੱਥੇ ਆਪ ਦਾ ਥਕੇਮਾ ਵੀ ਨਹੀਂ ਆਉਣ ਦਿੰਦੇ ਨਾ ਆਪ ਬੋਰ ਹੁੰਨੇ ਆ ਨਾ ਸਰੋਤਿਆਂ ਨੂੰ ਬੋਰ ਹੋਣ ਦਿੰਨੇ ਆ ਤੇ ਉਵੇਂ ਜਿਵੇਂ ਅਸੀਂ ਆਪਦੀ ਪਰਫਾਰਮੈਂਸ ਦਿੰਦੇ ਰਹਿੰਨੇ ਆ ਤੁਸੀਂ ਦੱਸੋ ਜੀ ਸ਼ਰਾਰਤੀ ਕੌਣ ਆ ਤੁਹਾਡੇ ਤਿੰਨਾਂ ਚੋਂ ਜਿਆਦਾ ਸ਼ਰਾਰਤੀ ਤਾਂ ਇਸ ਤਰ੍ਹਾਂ ਵੀ ਕਈ ਵਾਰੀ ਕੋਈ ਜਦੋਂ ਇਤਿਹਾਸ ਚੱਲਦਾ ਹੁੰਦਾ ਕੋਈ ਵੀ ਜਦੋਂ ਉਸ ਤਰ੍ਹਾਂ ਦਾ ਮਾਹੌਲ ਬਣ ਜੇ ਜੀ ਤਾਂ ਫਿਰ ਉਹ ਤਿੰਨਾਂ ਨੂੰ ਹੋਣਾ ਪੈਂਦਾ ਜੀ ਹਾਂ ਤੇ ਅਗਰ ਕੋਈ ਸੀਰੀਅਸ ਆਏਗਾ ਜਾਂ ਕਿਸੇ ਸੀਰੀਅਸ ਚੱਲ ਰਹੇ ਤਾਂ ਉੱਥੇ ਸਾਨੂੰ ਇਹਨਾਂ ਨੂੰ ਸਾਈਡ ਵੀ ਆਮ ਜ਼ਿੰਦਗੀ ਚ ਇਹੀ ਹੈ ਜੀ ਕੌਣ ਜੀ ਨੂੰ ਪੁੱਛ ਲਿਆ ਨਹੀਂ ਲੱਗਦਾ ਇਹ ਨੇ ਇਹ ਕੀ ਗੱਲ ਹੈ ਇਹ ਇਹ ਜਦੋਂ ਸਟੇਜ ਚੱਲ ਰਹੀ ਹੈ ਉਦੋਂ ਇਹ ਸ਼ਰਾਰਤਾਂ ਕਰਦੇ ਆ ਹਾਂ ਜੇ ਆਮ ਜ਼ਿੰਦਗੀ ਦੀ ਸ਼ਰਾਰਤ ਦੇਖੀ ਤਾਂ ਇਹ ਬੰਦ ਕਰਦੇ ਆ ਉਹ ਕਿਉਂ ਮੈਂ ਜੇ ਪੁੱਛਣਾ ਚਾਹੂਗਾ ਜੇ ਤੁਸੀਂ ਨਿੱਜੀ ਤੌਰ ਤੇ ਕੋਈ ਗੱਲ ਦੱਸ ਦੋ ਕੋਈ ਇਹ ਜੀ ਅਸੀਂ ਮਹਾਰਾਜ ਜਿਹੜੀ ਗੱਲ ਕਰਕੇ ਤੁਹਾਡੀ ਉਹ ਮਤਲਬ ਫਿਲਮ ਜਿਹੜੀ ਤੁਹਾਡੇ ਦਿਮਾਗ 'ਚ ਇਹਨਾਂ ਬਾਰੇ ਬਣੀ ਵੀ ਆ ਕਿਉਂ ਹਾਂ ਕਈ ਵਾਰੀ ਹਾਸੇ ਵਾਲੀਆਂ ਗੱਲਾਂ ਵੀ ਆ ਜਿੰਨੇ ਜਿਵੇਂ ਦੇਖੋ ਜਦੋਂ ਅਸੀਂ ਛੋਟੇ ਹੁੰਦੇ ਪੜ੍ਹਦੇ ਹੁੰਦੇ ਨਾ ਆਪਦੇ ਸਕੂਲ 'ਚ ਸਾਡੇ ਸਕੂਲ ਕੋਲੇ ਸੀ ਸਿਵੇ ਹਾਂ ਤੇ ਜਦੋਂ ਕੋਈ ਬੰਦਾ ਮਰ ਜਾਂਦਾ ਮਾਸਟਰ ਸਾਨੂੰ ਛ ਅਸੀਂ ਤਿੰਨੇ ਤੜਕੇ ਸੁੱਖੀ ਇਹ ਸੁਖਦੇ ਵੀ ਸੱਚੇ ਪਾਤਸ਼ਾਹ ਇੱਕਦੇ ਨੂੰ ਚੱਕ ਸਾਨੂੰ ਛੁੱਟੀ ਕਰਾ ਤੇ ਉਹ ਜਿੱਦੇ ਕੋਈ ਜੇ ਕੋਈ ਐਤਵਾਰ ਨੂੰ ਮਰ ਜਾਂਦਾ ਫਿਰ ਅਸੀਂ ਉਹਨੂੰ ਬਹੁਤ ਬੁਰਾ ਭਲਾ ਕਹਿੰਦੇ ਹਾਂ ਵੀ ਇਹਨੇ ਸਾਡੀ ਛੁੱਟੀ ਖਰਾਬ ਕਰਤੀ ਉਹ ਤਾਂ ਬਾਰ ਨੂੰ ਨਾ ਮਰਿਆ ਗਿਆ ਜਾਂ ਇਹਨੂੰ ਸੋਮਵਾਰ ਨੂੰ ਨਾ ਇਹਨੂੰ ਚੰਗਾ ਲੱਗਿਆ ਹਾਂ ਚਲੋ ਇੱਕ ਦਿਨ ਅਸੀਂ ਸਕੂਲ ਜਾ ਰਹੇ ਸੀ ਉਦੋਂ ਸਾਡੇ ਕੋਲੇ ਫੱਟੀਆਂ ਹੁੰਦੀਆਂ ਸੀ ਹੁਣ ਤਾਂ ਫੱਟੀਆਂ ਹੈ ਨਹੀਂ ਬੱਚਿਆਂ ਕੋਲੇ ਹਾਂ ਸੂਰਜਾ ਸੂਰਜਾ ਫੱਟੀ ਸੁਕਾ ਨਹੀਂ ਸੁਕਾਉਣੀ ਗੰਗਾ ਜਾ ਗੰਗਾ ਤੋਂ ਉਦੋਂ ਪਿੰਨੀਆਂ ਲੈ ਇੱਕ ਪਿੰਨੀ ਫੁੱਟ ਗਈ ਸਾਰੀ ਫੱਟੀ ਸੁੱਕ ਗਈ ਸੁੱਕ ਨਹੀਂ ਸਕਦੀ ਭੋਰਾ ਨਾ ਹਾਂ ਅਸੀਂ ਉਹ ਕਰਦੇ ਜਾ ਰਹੇ ਸੀ ਤੇ ਸਿਆਲ ਦਾ ਮਹੀਨਾ ਸੀ ਚੌਂਕੜੀ ਤੇ ਦੋ ਬੁੜੇ ਬੈਠੇ ਹਾਂ ਇਹਨੇ ਸਾਡੇ ਚੋਂ ਸਭ ਤੋਂ ਪਹਿਲਾਂ ਗੱਲ ਕੱਢੀ ਇਹ ਮੇਰੇ ਮੋਢੇ ਤੇ ਹੱਥ ਮਾਰ ਕੇ ਆਦਾ ਉਹ ਸੁਖਰਾਜ ਮੈਂ ਕਿਹਾ ਹਾਂ ਆਦਾ ਬੈਠਿਆ ਆਪਣੀਆਂ ਦੋ ਛੁੱਟੀਆਂ ਬਸ ਹਾਂ ਦਸੰਬਰ ਦਸੰਬਰ ਦੇ ਮਹੀਨੇ 'ਚ ਆਪਾਂ ਇਹਨਾਂ ਨੂੰ ਚੱਕ ਲਾਂਗੇ ਤੇ ਬਸ ਇੰਨੀ ਗੱਲ ਹੈ ਵੀ ਇਹ ਐਤਵਾਰ ਨੂੰ ਨਾ ਮਰਨ ਇੱਕ ਉਹਦੇ 26 ਜਨਵਰੀ ਨਾ ਹੋਵੇ ਉਹਦੇ ਕੋਈ ਸਰਕਾਰੀ ਛੁੱਟੀ ਨਾ ਹੋਵੇ ਇਹ ਆਪਣੇ ਫੇਵਰ ਚ ਜਾਵੇਗਾ ਉਹ ਵੀ ਦੱਸਦੇ ਨਾ ਬਿਸਕਟ ਵਾਲੀ ਗੱਲ ਵੀ ਐਸੀ ਨਹੀਂ ਕੀਤੀ ਸੀ ਹਾਂ ਇੱਕ ਵਾਰੀ ਅਸੀਂ ਇੱਕ ਵਾਰੀ ਅਸੀਂ ਕਿਸੇ ਦੇ ਘਰੇ ਗਏ ਥੋਡੇ ਵਰਗਾ ਮੁੰਡਾ ਸਾਨੂੰ ਆਪਦੇ ਘਰੇ ਲੈ ਗਿਆ ਕਹਿੰਦਾ ਜੀ ਮੇਰੇ ਘਰੇ ਆਓ ਮੇਰੀ ਦਾਦੀ ਤੁਹਾਡਾ ਬਹੁਤ ਮੋਹ ਕਰਦੀ ਐ ਥੋੜੀ ਕਵਿਛੀ ਸੁਣਨੀ ਚਾਹੁੰਦੀ ਐ ਤੁਹਾਨੂੰ ਮਿਲਣਾ ਚਾਹੁੰਦੀ ਐ ਦਾਦੀ ਤੋਂ ਤੁਰਿਆ ਨਹੀਂ ਜਾਂਦਾ ਹਾਂ ਤੇ ਚਲੋ ਘਰੇ ਜਦੋਂ ਗਏ ਹੂੰ ਉਹਨਾਂ ਦੇ ਘਰੇ ਜੀ ਐਨਾ ਦਾਦੀ ਨੂੰ ਚਾਹ ਚੜ ਗਿਆ ਵੀ ਉਹਨੇ ਸਾਡੇ ਵਾਸਤੇ ਤਿੰਨ ਗਲਾਸ ਦੁੱਧ ਦੇ ਲੈ ਕੇ ਆਂਦੇ ਜੀ ਉਹਦੀ ਮੰਮੀ ਨੇ ਹੂੰ ਤੇ ਪਾਪੜ ਕੱਢੇ ਸੀ ਤੇ ਪਾਪੜਾਂ ਦੀ ਪਲੇਟ ਉਹ ਲਿਾਈ ਅੰਦਰੋਂ ਤਾਂ ਭਰ ਲਈ ਤੇ ਆਹ ਕੰਧੋਲੀ ਤੇ ਰੱਖ ਕੇ ਭੁੱਲ ਗਈ ਸਾਡੇ ਕੋਲੇ ਆਈ ਨਾ ਹਾਂ ਤੇ ਇਹ ਹੁਣ ਮੈਨੂੰ ਐਂ ਕੂੜੀਆਂ ਮਾਰੇ ਹੂੰ ਵੀ ਉਹ ਪਾਪੜ ਪੈਣ ਤੋਂ ਕਹਿ ਕਿਸੇ ਲੋਟ ਮੈਂ ਕਿਹਾ ਵੀ ਨਾ ਮੈਂ ਤਾਂ ਐਂ ਨਹੀਂ ਕਹਿ ਸਕਦਾ ਹਾਂ ਕਹਿੰਦਾ ਰਸੂਆ ਰਾਤ ਹੀ ਸੁੱਕ ਗਿਆ ਪਾਪੜ ਨਹੀਂ ਪਹੁੰਚੇ ਫਿਰ ਇਹ ਕਹਿੰਦਾ ਜੇ ਇਤਰਾਜ ਨਾ ਹੋਵੇ ਮੈਂ ਮੰਗ ਲਾਂ ਪਾਪੜ ਮੈਂ ਖੈ ਸਿੱਧੇ ਨਹੀਂ ਮੰਗਣੇ ਇਹ ਕਹਿੰਦਾ ਮੈਂ ਬਲ ਪਾ ਕੇ ਮੰਗੂਗਾ ਹਾਂ ਫਿਰ ਇਹਨੇ ਬੜੇ ਤਰੀਕੇ ਨਾਲ ਪਾਪੜ ਮੰਗੇ ਕਹਿੰਦਾ ਦਾਦੀ ਹਾਂ ਰਾਤ ਤਾਂ ਬੜੀ ਭੜੀ ਗੱਲ ਹੋ ਗਈ ਸੀ ਹੋਰ ਤਾਂ ਸਾਰੇ ਖੈਰ ਸੁੱਖ ਹੈ ਹਾਂ ਮੇਰੇ ਨਾਲ ਬਹੁਤ ਭੜੀ ਗੱਲ ਹੋ ਗਈ ਸੀ ਮੈਂ ਸੱਪ ਨੇ ਖਾ ਲਿਆ ਸੀ ਕਾਲਾ ਨਾਗ ਲੜ ਗਿਆ ਸੀ ਮੇਰੇ ਮਾੜੀ ਦੀ ਕਸਰ ਰਹੇਗੀ ਹਾਂ ਕਹਿੰਦੀ ਪੁੱਤ ਕਿੱਥੇ ਤੁਸੀਂ ਤਾਂ ਕੋਈ ਨਰਮਾ ਨਹੀਂ ਚੁਕਣਾ ਝੋਨਾ ਨਹੀਂ ਵਧਣਾ ਤੇ ਤੈਨੂੰ ਸੱਪ ਕਿੱਥੇ ਟੱਕਰ ਗਿਆ ਹਾਂ ਕਹਿੰਦਾ ਸਾਡੇ ਪੇਟੀਆਂ ਵਾਲੇ ਕਮਰੇ ਚੋਂ ਨਿਕਲ ਆਇਆ ਹਾਂ ਬੇਬੇ ਕਹਿੰਦੀ ਬੈਠੀ ਬੈਠੀ ਕਹਿੰਦੀ ਪੁੱਤ ਸੱਪ ਕਿੱਥੇ ਸੀ ਤੇ ਤੂੰ ਕਿੱਥੇ ਸੀ ਹਾਂ ਕਹਿੰਦਾ ਬੇਬੇ ਮੈਂ ਤਾਂ ਐ ਖੜਾ ਜਿਵੇਂ ਤੁਸੀਂ ਬੈਠੇ ਹੋ ਹਾਂ ਤੇ ਸੱਪ ਐ ਖੜਾ ਜਿਵੇਂ ਹੋਰ ਥੋੜੀ ਪਾਪੜ ਵਾਲੀ ਪਲੇਟ ਪਈ ਐ ਲੋਦੀ ਮਮੀ ਕਹਿੰਦੀ ਖਰਚਾ ਖਰਚਾ ਪੁੱਤ ਮੈਂ ਇੱਕ ਮਿੰਟ ਪਾਪੜ ਭੁੱਲ ਗਈ ਬੇਬੇ ਖਰਚੀ ਕਿਹੜਾ ਉਹ ਸਾਡੇ ਕੋਲੇ ਪਾਪੜ ਪਹੁੰਚ ਗਏ ਬਸ ਪਾਪੜਾਂ ਦਾ ਕੀ ਸਾਡਾ ਮਤਲਬ ਆਦੀਆ ਹੋਰ ਕੋਈ ਸੱਪ ਨਾ ਸੀਗਾ ਚਲੋ ਮੈਂ ਮੁੜ ਕੇ ਪਾਪੜ ਨਹੀਂ ਖਵਾਏ ਇਹਨਾਂ ਨੂੰ ਇਸ ਵਕਤ ਹੋਰ ਤੁਸੀਂ ਦੇਖੋ ਵੀ ਹਾਂ ਸ਼ਰਾਰਤੀ ਕੌਣ ਹਾਂ ਨਹੀਂ ਇਹ ਹੁਣ ਮੈਨੂੰ ਐ ਦੱਸੋ ਵੀ ਜਿਵੇਂ ਹੁਣ ਗੱਲਾਂ ਨਿੱਜੀ ਵੀ ਚੱਲ ਪਈਆਂ ਤੁਸੀਂ ਬਾਅਦ ਚਾਹੇ ਤਾਂ ਨਹੀਂ ਕਹਿੰਦੇ ਜੋ ਇੰਟਰਵਿਊ ਵੀ ਸਮਾਪਤ ਹੋ ਗਿਆ ਵੀ ਰਤਨ ਆ ਕੱਟਦੀ ਹੱਡੀ ਗੱਲ ਹਾਂ ਨਾ ਨਾ ਜੀ ਨਹੀਂ ਅਸੀਂ ਫਰਾਂਸ ਸਪੈਸ਼ਟੀ ਬਸ ਜਿਹੜਾ ਕੁਝ ਹੈ ਸਪੈਸ਼ਟੀ ਆ ਸਪੈਸ਼ਟੀ ਆ ਜਿਹੜਾ ਕੁਝ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਸਾਨੂੰ ਇਹ ਸਿਖਾਇਆ ਜਾਂਦਾ ਹੈ ਸਾਡੇ ਗੁਰੂ ਘਰਾਂ ਦੇ ਵਿੱਚੋਂ ਮੰਦਰਾਂ ਦੇ ਵਿੱਚੋਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਆਪਦੀ ਕਵਿਸ਼ਰੀ ਰਾਹੀਂ ਅਸੀਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇੱਕ ਦੂਜੇ ਦੇ ਧਰਮ ਦਾ ਲੋਕ ਕਰਨ ਸਤਕਾਰ ਜਾਣ ਬੁੱਝ ਕੇ ਕਰੇ ਨਾ ਕੋਈ ਵੀ ਕੋਝਾਬਾਰ ਭਾਈਚਾਰਕ ਸਾਂਝ ਵੀ ਆ ਜੁੜ ਕੇ ਬੈਠੇ ਸਾਥ ਤੇਰੇ ਭਾਣੇ ਦਾ ਤੇ ਆ ਸੁਖੀ ਬਸੇ ਸਰਬੱਤ ਮਾਲਕਾ ਸੁਖੀ ਬਸੇ ਸਰਬੱਤ ਜੀ ਓ ਹੋ ਵੇ ਪਰਮਾਤਮਾ ਦੁਸ਼ਮਣਾਂ ਦਾ ਵੀ ਭਲਾ ਟਲੇ ਗੋਹੰਡੀ ਤੋਂ ਸਦਾ ਕੋਹਾਂ ਦੂਰ ਬਲਾ ਹੋ ਰੱਖੀ ਮਰਦਿਆਂ ਤੱਕ ਤੂੰ ਹੋਏ ਰੱਖੀ ਮਰਦਿਆਂ ਤੱਕ ਤੂੰ ਸਭ ਦੀ ਉਜਲੀ ਪਾਤਾ ਤੇਰੇ ਪਾਣੇ ਦਾ ਤਿਆ ਸੁਖੀ ਬਸੇ ਸਰਬੱਤ ਮਾਲਕਾ ਸੁਖੀ ਬਸੇ ਸਰਬੱਤ ਹੋ ਗਿਆਨੀ ਪੰਡਤ ਮੌਲਵੀ ਉੱਗਲ ਫਿਰਕੂ ਵੇਖ ਆਪਸ ਵਿੱਚ ਲੜਾਉਣ ਨਾ Hindu Muslim ਸੇਖਾ ਹੋ ਸੰਸਣ ਥਾੜੀ ਵਾਂਗ ਨਾ ਓਏ ਸੰਸਣ ਥਾੜੀ ਵਾਂਗ ਨਾ ਚੁੱਕਣ ਚੰਦਰੀ ਅਤ ਤੇਰੇ ਪਾਣੇ ਦਾ ਤਿਆ ਸੁਖੀ ਬਸੇ ਸਰਬੱਤ ਮਾਲਕਾ ਸੁਖੀ ਬਸੇ ਸਰਬੱਤ ਹੋ ਸਮਰਾਜ ਹੈ ਹਲਕਿਆ ਪੀ ਬੰਬਾਂ ਦੀ ਪੰਗਾ ਸੀਸਾ ਤੇ ਮੰਡਲਾ ਰਹੀ ਟਲ ਜੇ ਤੀਜੀ ਜੰਗ ਹੋ ਪਾਣੀ ਵੰਗਰ ਵਹਿਨਾ ਹੋ ਪਾਣੀ ਵੰਗਰ ਵਹਿਨਾ ਨੇ ਦੋਸ਼ਾਂ ਦੀ ਰਤ ਤੇਰੇ ਪਾਣੇ ਦਾ ਤਿਆ ਸੁਖੀ ਬਸੇ ਸਰਬੱਤ ਮਾਲਕਾ ਸੁਖੀ ਬਸੇ ਸਰਬੱਤ ਬਾਜੀ ਬਾ ਕੀ ਬਾਤ ਹੈ ਇਹ ਤੁਸੀਂ ਆਪ ਲਿਖਿਆ ਹੋਇਆ ਨਹੀਂ ਸ਼੍ਰੋਮਣੀ ਕਬੈਸ਼ਰ ਕਰਨੈਲ ਸਿੰਘ ਦੀ ਪਾਲ ਗੁਣੀ ਮਨਨ ਦੀ ਪਾਰਸਾ ਲੰਘ ਨਾ ਜਾਵੇ ਬੱਤ ਹਾਂ ਤੇਰੇ ਬਾਣੇ ਦਾਤੇ ਆ ਸੁਖੀ ਬਸੇ ਸਰਬੱਤ ਜੀ ਤੇ ਬਾਬੂ ਰਜਵਲੀ ਸਾਹਿਬ ਦਾ ਵੀ ਤੁਸੀਂ ਕੋਈ ਹਾਂਜੀ ਹਾਂ ਬਾਬੂ ਰਜਵਲੀ ਸਾਹਿਬ ਦੀਆਂ ਵੀ ਅਸੀਂ ਕਵਿਸ਼ਰੀਆਂ ਆਪਦੇ ਗਾਉਣ ਚ ਲਿਆਉਨੇ ਆ ਜੀ ਤੇ ਨੋ हां ओना दा एक कवित्त ਤੁਹਾਡੇ ਨਾਲ ਅਸੀਂ ਸਾਂਝਾ ਕਰਦੇ ਹਾਂ ਜੀ ਜਰੂਰ ਜਰੂਰ ਹਾਉ ਇਹ ਨਾਮ ਨੂੰ ਸਵੇਰਾ ਚੰਗਾ ਸੰਤਾ ਨੂੰ ਡੇਰਾ ਚੰਗਾ ਚੋਰ ਨੂੰ ਹਨੇਰਾ ਚੰਗਾ ਜਿੱਥੇ ਕੀਤੇ ਲੋਕ ਜੇ ਜਾਈ ਪਾਈ ਸੌ ਚੰਗਾ ਪੁੱਤਰ ਕਮਾਉ ਚੰਗਾ ਟੱਬਰ ਸੰਗਾਉ ਚੰਗਾ ਝੇੜ ਕੇ ਤੋਂ ਰੁੱਕ ਜੇ ਇੱਕ ਗੋਦ ਖੇੜਾ ਚੰਗਾ ਖੇਤ ਲਾਉਣਾ ਗੇੜਾ ਚੰਗਾ ਜੰਗ ਦਾ ਨਵੇੜਾ ਚੰਗਾ ਜੇ ਕਲੇਸ਼ ਮੁੱਕ ਜੇ ਬਾਬੂ ਜੀ ਦਾ ਸ਼ੰਦ ਚੰਗਾ ਚੌਦ ਮੀਂ ਦਾ ਚੰਦ ਚੰਗਾ ਆਮੰਦਾ ਆਨੰਦ ਚੰਗਾ ਸੋਣੀ ਤੁੱਕ ਜੇ ਆਮਦਾ ਅਨੰਦ ਚੰਗ ਲਾਉਂਦਾ ਸੋਣੀ ਤੁੱਕ ਜੇ ਆਮਦਾ ਅਨੰਦ ਚੰਗਾ ਲਾਉਂਦਾ ਸੋਣੀ ਤੁੱਕ ਜੇ ਇੱਕ ਮੈਨੂੰ ਇਹ ਵੀ ਬ੍ਰੀਕੀ ਬਾਰੇ ਦੱਸੋ ਜਿਵੇਂ ਬੱਤਰ ਕਲਾ ਛੰਦ ਜਾਂ ਇਹ ਚੀਜ਼ ਇਹਦੇ ਬਾਰੇ ਥੋੜਾ ਜਿਹਾ ਦੱਸੋ ਬ੍ਰੀਕੀ ਨਾਲ ਜਿਹੜੇ ਅੱਜ ਦੇ ਇਹੇ ਦੀ ਛੰਦਾਂ ਦੀਆਂ ਕਿਸਮਾਂ ਨਾਲ ਡੋਡੀ ਜੀ ਇਹ ਅਸੀਂ ਗਿਆਨੀ ਦੇ ਵਿੱਚ ਵੀ ਪੜਦੇ ਆ ਐਮਏ ਪੰਜਾਬੀ ਦੇ ਵਿੱਚ ਵੀ ਪੜਦੇ ਆ ਹਮ ਕਿ ਅਡੋਡੀ ਸ਼ੰਦਾਂ ਦੀਆਂ ਕਿਸਮਾਂ ਨ ਕੋੜੜਾ ਛੰਦ ਹੈ ਕਵਿੱਤ ਛੰਦ ਹੈ ਆ ਜਿਹੜਾ ਆਪਾਂ ਹੁਣੇ ਬੋਲਿਆ ਜੀ ਨਾਮ ਨੂੰ ਸਵੇਰਾ ਚੰਗਾ ਸੰਤਾਂ ਨੂੰ ਡੇਰਾ ਚੰਗਾ ਚੋਰ ਨੂੰ ਹਨੇਰਾ ਚੰਗਾ ਇਹ ਕਵਿੱਤ ਹੈ ਹਮ ਇਹਦੇ ਚ ਰਵਾਨਗੀ ਹੁੰਦੀ ਹੈ 33 ਅੱਖਰ ਹੁੰਦੇ ਨੇ ਜੀ ਦੋ ਤਾਰੇ ਦਾ ਜਿਹੜਾ ਆਪਾਂ ਆਮ ਸੁਣਦੇ ਆ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਿਸ਼ਾਂ ਕਰੀਏ ਜੀ ਮੇਰੇ ਬਸ ਨਾ ਰਾਂਝਣਾ ਵੇ ਜੋਰ ਨਾਲ ਬੰਨ ਕੇ ਲੈ ਜਾਂਦੇ ਖੇੜੇ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਕਾਵੇ ਕ ਜਾਵੇ ਹਾਂ ਇਹ ਸਾਰੇ ਦੋ ਤਾਰੇ ਛੰਦ ਨੇ ਹਮ ਇਹ ਬੜਾ ਸਿੰਪਲ ਤੇ ਮਨਮੋਹਕ ਛੰਦ ਹੁੰਦਾ ਹੈ ਇਵੇਂ ਜਿਵੇਂ ਦਬਈਆ ਛੰਦ ਹੁੰਦਾ ਹੈ ਜੀ ਇਵੇਂ ਜਿਵੇਂ ਵਰਣਕ ਛੰਦ ਹੈ ਵਿਕਟਾ ਛੰਦ ਹੈ ਤੇ ਜਿਹੜਾ 72 ਕਲਾ ਛੰਦ ਹੈ ਉਹਦੇ ਚ ਹੋਰ ਵੀ ਜ਼ਿਆਦਾ ਰਵਾਨਗੀ ਹੁੰਦੀ ਹੈ ਤੇ ਅਸੀਂ ਤੁਹਾਨੂੰ ਨਮੂਨਾ ਹੀ ਦਿਖਾ ਦਿੰਨੇ ਆ ਸਾਡਾ ਆਪਦਾ ਵੀ ਇੱਕ 72 ਕਲਾ ਲਿਖਿਆ ਹੋਇਆ ਹੈ ਬਾਈ ਜਗਸੀਰ ਸਿੰਘ ਹੋਰਾਂ ਨੇ ਅੱਜ ਕੱਲ੍ਹ ਦੇ ਹਾਲਾਤਾਂ ਤੇ ਕਿ ਹੋਰ ਵਿਸ਼ੇ ਲਿਖਣ ਦੇ ਲਈ ਹਾਂ ਕਿਉਂਕਿ ਇੱਕੋ ਹੀ ਵਿਸ਼ੇ ਦੇ ਉੱਤੇ ਜ਼ਿਆਦਾ ਰਚਨਾਵਾਂ ਹੁੰਦੀਆਂ ਨਾ ਕੁੜੀਆਂ ਮੁੰਡਿਆਂ ਵਾਲੀ ਗੱਲ ਚ ਬੱਚਿਆਂ ਵਾਲੀ ਗੱਲ ਚ ਜੀ ਤੇ ਸਾਡੇ ਇਹਨਾਂ ਨੇ ਇਹ ਲਿਖੀ ਹੈ ਗੱਲ ਵੀ ਹੋਰ ਬੜੇ ਵਿਸ਼ੇ ਨੇ ਉਹਨਾਂ ਤੇ ਵੀ ਲਿਖੋ ਸਾਰੇ ਜਣੇ ਹਾਂ ਹੋਰ ਵਿਸ਼ੇ ਲਿਖਣ ਦੇ ਲਈ ਨੇਤਾ ਤੇ ਡਾਕੂ ਦੋਮਾਂ ਕੋਲੇ ਚਾਕੂ ਪੁਲਿਸ ਦੇ ਕੇਸ ਸਾਧਾਂ ਦੇ ਭੇਸ ਜੋ ਅੱਡੋ ਅੱਡ ਢੰਗਾਂ ਨਾਲ ਲੁੱਟ ਗਏ ਉਹਨਾਂ ਦਾ ਹੱਲ ਲਿਖੋ ਇਹ ਬੇਰੁਜ਼ਗਾਰੀ ਆਬਾਦੀ ਭਾਰੀ ਕਿਸਾਨ ਜੋ ਦਰਦ ਦੇ ਕਰ ਜਿਉ ਮੁੱਕ ਗਏ ਲੈ ਸੁਣਾ ਪਿਆਰ ਨਾਲ ਅਸੀਂ ਸ਼ੁਰੂ ਕਰਦੇ ਹਾਂ ਕਿ ਚੰਗੀਆਂ ਕਲਮਾਂ ਚਲਾਓ ਤੇ ਚੰਗਾ ਸਾਹਿਤ ਰਚੋ ਬਾਹਤਰ ਕਲਾ ਸ਼ੰਦ ਉਹ ਸੁਣ ਕਵੀਓ ਸਹਿਤਕਾਰੋ ਕਲਮ ਨੂੰ ਮੋੜ ਚੰਗੇ ਕਿਸੇ ਜੋੜੋ ਘਰੇ ਨਾ ਸੁਣ ਸਕੇ ਐਸਾ ਕਿਉਂ ਰਚੀਏ ਤੀਆਂ ਪਹਿਣਾ ਵਿੱਚ ਬੈਠ ਸੰਗ ਆਵੇ ਬੋਲ ਥੋੜਾ ਜਿਉਂਦੇ ਨੇ ਗਾਇਕ ਭਾਵੇਂ ਚੰਗਾ ਗੀਤ ਹੋਵੇ ਗੰਦਾ ਪਰੇ ਬੇਸ਼ਰਮੀ ਗੀਤ ਜੋ ਗਾਵੇ ਇੱਕ ਪੈਸੇ ਖਾਤਰ ਜੀ ਬੋਤੇ ਹੋ ਤੁਰ ਪੇ ਕਿਦਰ ਨੂੰ ਮੁੜ ਪੇਟੀ ਵੀ ਤੇ ਖੜ ਕੇ ਕਿਸੇ ਦੀ ਬਾਹ ਫੜ ਕੇ ਸਿੱਖਿਆ ਕੀ ਦਿੰਦੇ ਕੌਮ ਦੇ ਗਾੜੂ ਸੁਣੋ ਕਲਮ ਬਾਲਿਓ ਏ ਲਿਖੋ ਨਾ ਮਾੜਾ ਕਰੂ ਅਜਾੜਾ ਸਾਡਾ ਸਭ ਵਿਚਾਰ ਇਹ ਕਲਮ ਬਗਾੜੂ ਓਏ ਆਖੋ ਹੀਰਾ ਸਸਿਆਂ ਨੂੰ ਹੈ ਮਾੜਾ ਝੂਟਾ ਇਸ਼ਕ ਦਾ ਬੂਟਾ ਇਧਰ ਨਾ ਦੇਖ ਇਸ ਦੇ ਹੇਠ ਜਿਸ ਮੰਦੀ ਖੇੜਾ ਖੇਡੀ ਜਾਂਦੀ ਵੱਡੋ ਨਕਮਾ ਪਿਓ ਦਾ ਧੀਆਂ ਨੂੰ ਆਖੋ ਪੱਗਾਂ ਵੱਲ ਝਾਕੋ ਖੋਈ ਹੋਈ ਇੱਜ਼ਤ ਫੇਰ ਨਾ ਥਾਂਦੀ ਦੇਵੋ ਸਿੱਖਿਆ ਜਵਾਨਾਂ ਨੂੰ ਇਸ਼ਕ ਮਜਾਜੀ ਕਰੇ ਬਰਬਾਦੀ ਸਭ ਇਹ ਕੁਝ ਭੁੱਲ ਕੇ ਰਹਿ ਜਾਓਗੇ ਰੁਲ ਕੇ ਮਿਲੂ ਬਦਨਾਮੀ ਇਸ਼ਕ ਕੰਨ ਪਾੜੂ ਸੁਣ ਕਲਮ ਵਾਲਿਓ ਏ ਲਿਖੋ ਨਾ ਮਾੜਾ ਇਹ ਕਰੂ ਅਜਾੜਾ ਸਾਡਾ ਸਬਿਆਚਾਰ ਇਹ ਕਲਮ ਬਗਾੜੂ ਮੈਂ ਮੁਖਧਿਆਪਕ ਜੀ ਤੋਂ ਹੱਥੋਂ ਪੁੱਛਦਾਗਾ ਹਾਂਜੀ ਜਿਹੜਾ ਲਖਾਰੀ ਨੂੰ ਤੁਸੀਂ ਇਹ ਗੱਲ ਕਰੀ ਆ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਅੱਜ ਦਾ ਨੌਜਵਾਨ ਆ ਜਿਹੜਾ ਗੀਤ ਲਿਖ ਰਿਹਾਗਾ ਬਹੁਤ ਆਪਣੇ ਜਿਹਾ ਆਪਾਂ ਮਾਲਵੇ ਦੀ ਹੀ ਗੱਲ ਕਰੀਏ ਜਿਹੜੇ ਖਿੱਤੇ ਚ ਆਪਾਂ ਬੈਠੇ ਆ ਕਿਵੇਂ ਲੱਗਦਾਗਾ ਵੀ ਕਲਮ ਦੇ ਵਿੱਚ ਉਹ ਵਜਣ ਉਵੇਂ ਨਹੀਂ ਰਿਹਾ ਜਾਂ ਮੁੰਡੇ ਪੜ੍ਹਦੇ ਨਹੀਂ ਜਾਂ ਜਮਾਨਾ ਚੇਂਜ ਹੋ ਗਿਆ ਫਿਰ ਆਪਾਂ ਨੂੰ ਵੀ ਉਵੇਂ ਬਦਲਣਾ ਚਾਹੀਦਾ ਕਿਵੇਂ ਹਾਂ ਇਹ ਗੱਲ ਹੈ ਜੀ ਸਾਡੀ ਪੜ੍ਹਾਈ ਚ ਘਾਟ ਹੈ ਅਸੀਂ ਉਹਨਾਂ ਅਧਿਆਨ ਨਹੀਂ ਕਰਦੇ ਉਹਨਾਂ ਸ਼ਬਦ ਭੰਡਾਰ ਨਹੀਂ ਸਾਡੇ ਕੋਲੇ ਹੈਗਾ ਹਾਂ ਤੇ ਜਿਹੜੀ ਕਵੀ ਸ਼ਰੀ ਪਰੰਪਰਾ ਹੈ ਇਹਦੇ ਚ ਤਾਂ ਐਨਾ ਬਰੀਕੀ ਤੇ ਸੂਖਮਤਾ ਹੈ ਇਹਦੇ ਵਿੱਚ ਜੀ ਕਿ ਜੇ ਲੱल्ले ਦੇ ਪਿਛਲੇ ਦੇ ਪੈਰ 'ਚ ਬਿੰਦੀ ਲਾਤੀ ਤੇ ਦੋ ਜਾਂ ਤਿੰਨ ਉਹਦੇ 'ਚ ਪੰਗਤੀਆਂ ਆਉਂਦੀਆਂ ਤਾਂ ਉਹ ਲੱਲਿਆਂ ਦੇ ਪੈਰ 'ਚ ਬਿੰਦੀ ਵਾਲਾ ਲੱਲਾ ਹੀ ਸਵੀਕਾਰ ਕਰੂਗੀ ਹੂੰ ਕਵੀ ਸ਼ਰੀ ਦੂਜਾ ਨਹੀਂ ਸਵੀਕਾਰ ਕਰਦੀ ਜਿਵੇਂ ਨਮੂਨਾ ਕਦ ਮਦਰੇ ਵਜਨ ਹੋ ਗਏ ਹੌਲੇ 25 ਸਾਲਿਆਂ ਦੇ ਆਉਣ ਲੱਗੇ ਧੌਲੇ ਹਟੇ ਫੱਕਰਾ ਫਰਕ ਨੂੰ ਡੌਲੇ ਕਿਵੇਂ ਉਗੂ ਸਾਡੀ ਪੁਸ਼ਪ ਪਨੀਰੀ ਜਿਆਦੇ ਵੀ ਜੋ ਮੋਠ ਮੱਕੀਆਂ ਘਟ ਲਾਉਣੀ ਐ ਪੰਜਾਬੀ ਜੱਟੋ ਜੀਰੀ ਹਮ ਹੁਣ ਹੌਲੇ ਡੌਲੇ ਤੇ ਧੌਲੇ ਹਾਂ ਤਿੰਨਾ ਦੇ ਪੈਰ ਚ ਲੱਲੇ ਪੈਰ ਬਿੰਦੀ ਆਉਂਦੀ ਐ ਹਾਂ ਅੱਜ ਦੀ ਨੌਜਵਾਨ ਪੀੜੀ ਬੜੀ ਇਹਨਾਂ ਗੱਲਾਂ ਤੋਂ ਦੂਰ ਐ ਹਮ ਤੇ ਉਹ ਇਹੋ ਜਿਹਾ ਇੱਕ ਦੂਜੀ ਤੁਕਬੰਦੀ ਨਾਲ ਤੁਕਬੰਦੀ ਵੀ ਨਹੀਂ ਮਿਲਦੀ ਹੁੰਦੀ ਹਮ ਉਵੇਂ ਜਿਵੇਂ ਗੀਤ ਰਚ ਰਹੇ ਨੇ ਘਾਟ ਉਹਨਾਂ ਦੀ ਇੱਥੇ ਹੀ ਆ ਉਹ ਧਿਆਨ ਨਹੀਂ ਕਰਦੇ ਉਹਨਾਂ ਕੋਲੇ ਪ੍ਰੋਪਰ ਸ਼ਬਦ ਭੰਡਾਰ ਨਹੀਂ ਉਹਨਾਂ ਨੇ ਗੁਰੂ ਸ਼ਿਸ਼ ਪ੍ਰੰਪਰਾ ਨੂੰ ਅੱਗੇ ਨਹੀਂ ਵਧਾਇਆ ਹੋਇਆ ਕਿਸੇ ਦੀ ਸੰਗਤ ਨਹੀਂ ਕੀਤੀ ਤਾਲੀਮ ਨਹੀਂ ਲਈ ਇਹ ਗੱਲ ਹੈ ਕਿ ਉਹਨਾਂ 'ਚ ਘਾਟ ਤਾਂ ਜ਼ਰੂਰ ਹੈ ਅੱਜ ਕੱਲ ਇਹ ਉਹ ਪੁਰਾਣੀਆਂ ਚੀਜ਼ਾਂ ਜਿਹੜੀਆਂ ਅਸੀਂ गा ਰਹੇ ਹਾਂ ਪੁਰਾਣੇ ਉਸਤਾਦਾਂ ਨੇ ਲਿਖਿਆ ਉਹ ਅੱਜ ਕੱਲ ਦੇ ਬੱਚਿਆਂ 'ਚ ਨਹੀਂ ਮਿਲਦੀ ਪਰ ਅੱਜ ਕੱਲ ਦੇ ਬੱਚੇ ਇੱਕ ਹੋਰ ਵੀ ਗਲਾ ਕਰਦੇ ਨੇ ਉਹ ਕਹਿੰਦੇ ਵੀ ਜਿਹੜਾ ਸਾਡਾ ਕਮਰਸ਼ੀਅਲ ਤੋਂ ਹਟਕੇ ਗੀਤ ਆ ਜਾਂ ਸੱਭਿਆਚਾਰਕ ਆ ਜਾਂ ਕੁਝ ਵੀ ਆ ਹਾਂਜੀ ਵੀ ਉਹ ਜੇ ਅਸੀਂ ਗਾਉਣੇ ਵੀ ਆ ਉਹ ਸਾਨੂੰ ਕਮਾਈ ਵਾਲੇ ਪੱਖ ਤੋਂ ਜਾਂ ਉਸ ਪੱਖ ਤੋਂ ਲੋਕ ਉਹਨੂੰ ਉਵੇਂ ਪਸੰਦ ਨਹੀਂ ਕਰਦੇ ਸਾਡਾ ਸੁਣਿਆ ਨਹੀਂ ਜਾਂਦਾ ਕਮਰਸ਼ੀਅਲ ਤਾਂ ਕਰਕੇ ਸਾਨੂੰ ਢਾਲਣਾ ਪੈਂਦਾ ਉੱਥੇ ਕੀ ਕਹੋਗੇ ਹਾਂ ਉੱਥੇ ਇਹ ਗੱਲ ਉਹਨਾਂ ਦੀ ਵੀ ਠੀਕ ਹੈ ਖੈਰ ਹਾਂ ਕਿ ਬੰਦੇ ਨੂੰ ਕੱਲਾ ਸ਼ੌਂਕ ਹੀ ਨਹੀਂ ਹੁੰਦਾ ਹੂੰ ਉਹਨੇ ਆਪਦਾ ਪਰਿਵਾਰ ਵੀ ਦੇਖਣਾ ਹੁੰਦਾ ਕਮਾਈ ਵੀ ਦੇਖਣੀ ਹੁੰਦੀ ਹੈ ਹੂੰ ਤੇ ਇਸ ਗੱਲ 'ਚ ਜਿਹੜੇ ਨਵੇਂ ਗਾਣਿਆਂ ਨੂੰ ਪਸੰਦ ਕੀਤਾ ਜਾ ਰਿਹਾ ਹੂੰ ਉਹ ਇਹ ਗੱਲ ਤੇ ਉਹ ਵੀ ਠੀਕ ਨੇ ਇਸ ਜਗ੍ਹਾ ਤੇ ਕਿ ਉਹਨਾਂ ਦੇ ਗਾਣਿਆਂ ਨੂੰ ਉਵੇਂ ਪਸੰਦ ਕਰਦੇ ਨੇ ਲੋਕ ਸੁਣਦੇ ਨੇ ਹੂੰ ਤੇ ਉੱਥੇ ਭਾਵੇਂ ਉਹ ਤੁਕਬੰਦੀ ਜਾਂ ਕੋਈ ਹੋਰ ਗੱਲ ਮੈਟਰ ਨਹੀਂ ਕਰਦੀ ਪਰ ਆਪਾਂ ਤਾਂ ਜਿਹੜੀ ਗੱਲ ਕਰਦੇ ਆ ਕਿ ਅਕਸਰ ਮਰਜ਼ਾਦਾ ਤਾਂ ਉਹੀ ਐ ਹਾਂ ਚੱਲ ਜੋ ਮਰਜ਼ੀ ਰਹਿ ਹਾਂ ਤੇ ਫਿਰ ਜਿਹੜੇ ਤੁਸੀਂ ਸੱਭਿਆਚਾਰਕ ਮੇਲੇ ਵਗੈਰਾ ਵੀ ਲਾਉਣੇ ਹੋ ਜੀ ਹਾਂਜੀ ਹਾਂਜੀ ਹਾਂ ਤੇ ਉਹ ਕਿਵੇਂ ਆ ਫਿਰ ਉਹ ਮੈਨੇਜ ਕਿਵੇਂ ਕਰਦੇ ਹੋ ਇੱਕ ਪਾਸੇ ਤੁਹਾਡੀ ਡਿਊਟੀ ਵੀ ਆ ਤੁਸੀਂ ਨੌਕਰੀ ਪੇਸ਼ਾ ਲੋਗੋਂ ਉਧਰ ਫਿਰ ਕਿਵੇਂ ਕਰਦੇ ਹੋ ਕਿ ਛੁੱਟੀ ਛੱਟੀ ਮਾਰਦੇ ਹੋ ਹਾਂ ਇਹ ਬੜਾ ਸੋਹਣਾ ਸਵਾਲ ਤੁਸੀਂ ਪੁੱਛਿਆ ਜੀ ਸਾਥੋਂ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਜਿਹੜੀਆਂ ਸਾਡੀਆਂ ਡਿਊਟੀਆਂ ਦਿੱਤੀਆਂ ਨਾ ਸਾਨੂੰ ਪਰਮਾਤਮਾ ਨੇ ਹਾਂ ਉਹ ਪਹਿਲ ਤੇ ਇਹ ਕਬਿਸ਼ਰੀ ਦੀ ਸੇਵਾ ਅਸੀਂ ਬਿਨਾ ਕਿਸੇ ਲੋਭ ਲਾਲਚ ਦੇ ਕਰਦੇ ਆਂ ਸਿਰਫ ਇੱਕ ਸਾਡਾ ਮਿਸ਼ਨ ਹੈ ਕਿ ਲੋਕ ਚੰਗੀਆਂ ਕਵਤਾਵਾਂ ਸੁਣਨ ਚੰਗੇ ਗੀਤਾਂ ਦਾ ਮੁੱਲ ਪਾਉਣ ਜੀ ਕਿਉਂਕਿ ਇਹ ਗੁਰੂ ਸਾਹਿਬਾਂ ਤੋਂ ਬਰੋਸਾਈਆਂ ਹੋਈਆਂ ਚੀਜ਼ਾਂ ਕਬਿਸ਼ਰੀ ਕਲਾ ਢਾਡੀ ਕਲਾ ਕੀਰਤਨ ਦੀ ਕਲਾ ਇੱਕ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਰਹੂਗਾ ਸੰਗੀਤ ਰਾਗੀ ਢਾਡੀ ਜਿਉਂਦੇ ਰਹਿਣਗੇ ਲੋਕ ਗੀਤਾਂ ਨਾਲ ਦਾਦਾ ਦਾਦੀ ਜਿਉਂਦੇ ਰਹਿਣਗੇ ਰੱਸਾ ਕਸੀ ਘੋਲ ਤੇ ਕਬੱਡੀ ਜਿਉਂਦੇ ਰਹਿਣਗੇ ਦਿੰਦੇ ਰਹੋ ਪਿਆਰ ਭਰ ਮੁਠੀਆਂ ਲਖਾਰੀਆਂ ਨੂੰ ਜੇ ਬੋਲੀ ਜਿਉਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ ਜੇ ਬੋਲੀ ਜਿਉਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ ਅਸੀਂ ਰਾਤ ਦੇ ਪ੍ਰੋਗਰਾਮ ਕਰਦੇ ਆਂ ਜੀ ਜਾਂ ਛੁੱਟੀ ਵਾਲੇ ਦਿਨ ਪ੍ਰੋਗਰਾਮ ਕਰਦੇ ਆਂ ਡਿਊਟੀ ਦੇ ਵਿੱਚ ਅਸੀਂ ਕੋਈ ਵਿਗਨ ਨਹੀਂ ਪਾਉਂਦੇ ਪਹਿਲਾਂ ਡਿਊਟੀ ਕਰਕੇ ਅੱਜ ਵੀ ਜਿਹੜਾ ਇੰਟਰਵਿਊ ਆਪਾਂ ਕੀਤਾ ਹੈ ਇਹ ਵੀ ਸਕੂਲ ਟਾਈਮ ਤੋਂ ਬਾਅਦ ਕੀਤਾ ਹੈ ਪਹਿਲ ਡਿਊਟੀ ਨੂੰ ਦੋ ਨੰਬਰ ਤੇ ਸ਼ੌਂਕ ਤੇ ਘਰ ਦੇ ਨਹੀਂ ਤੁਹਾਡੇ ਨਾਲ ਲੜਦੇ ਰੁੜਦੇ ਵੀ ਹੁਣ ਬੱਸ ਕਰੋ ਛੱਡ ਦਿਓ ਨਹੀਂ ਜੀ ਨਹੀਂ ਘਰੇ ਤਾਂ ਸਾਡੇ ਤਿੰਨਾਂ ਦੇ ਸੁੱਖ ਨਾਲ ਇੱਕੋ ਜੇ ਸਾਡੇ ਪਰਿਵਾਰ ਨਾਲ ਹਾਂ ਸਾਡੇ ਜਕਸੀਰ ਸਿੰਘ ਦੇ ਤਿੰਨ ਬੱਚੇ ਨੇ ਦੋ ਬੇਟੀਆਂ ਇੱਕ ਬੇਟਾ ਜੀ ਮੇਰੇ ਇੱਕ ਬੇਟਾ ਬੇਟੀ ਇਹਨਾਂ ਦੇ ਇੱਕ ਬੇਟਾ ਬੇਟੀ ਜੀ ਤੇ ਘਰ ਸਾਡੇ ਮਾਹੌਲ ਸਾਡੇ ਪਹਿਲੇ ਹੀ ਮਾਹੌਲ ਹੈ ਦਰਅਸਲ ਉਵੇਂ ਜਿਵੇਂ ਪਰਿਵਾਰ ਸਾਡਾ ਢਲਿਆ ਹੋਇਆ ਉਹ ਤਾਂ ਸਾਨੂੰ ਐਪਰੀਸ਼ੀਏਟ ਤਾਂ ਕਰ ਦਿੰਦੇ ਨਾ ਕਿ ਜਾਓ ਬਈ ਬੜੀ ਸੋਹਣੀ ਗੱਲ ਅੱਜ ਤੁਸੀਂ ਲੁਧਿਆਣਾ ਜ਼ਿਲ੍ਹੇ ਜਾ ਰਹੇ ਹੋ ਅੱਜ ਜਲੰਧਰ ਜ਼ਿਲ੍ਹੇ ਚ ਜਾ ਰਹੇ ਹੋ ਅੱਜ ਤੁਸੀਂ ਪੰਜਾਬ ਤੋਂ ਬਾਹਰ ਰਾਜਸਥਾਨ ਚ ਜਾ ਰਹੇ ਹੋ ਐ ਸਾਨੂੰ ਉਹ ਐਪਰੀਸ਼ੀਏਟ ਬਾਹਰ ਵੀ ਪ੍ਰੋਗਰਾਮ ਹਾਂ ਜੀ ਬਿਲਕੁਲ ਪ੍ਰੋਗਰਾਮ ਕਿੰਨੇ ਕਾਉਂਦੇ ਆ ਫਿਰ ਸਾਨੂੰ ਹਾਂ ਬਹੁਤ ਆ ਜਾਂਦੇ ਜੀ ਵੈਸੇ ਅਸੀਂ ਕਈ ਉਹ ਕਰ ਦਿੰਦੇ ਆ ਛੱਡ ਦਿੰਦੇ ਆ ਜਾਂ ਕਿਸੇ ਹੋਰ ਸਾਥੀਆਂ ਨੂੰ ਕਹਿ ਭੇਜ ਦਿੰਦੇ ਆ ਉੱਥੇ ਜੀ ਤੇ ਪਰ ਉਹ ਲਾ ਵੀ ਦਿੰਦੇ ਆ ਜਿਵੇਂ ਰਾ ਲਖਨਊ ਸਰਕਾਰ ਵੀ ਸਾਨੂੰ ਬੁਲਾ ਕੇ ਰਾਮੂ ਵਾਲੀ ਜੀ ਨੂੰ ਉੱਥੇ ਸਨਮਾਨਤ ਕਰਵਾਇਆ ਸਪੈਸ਼ਲ ਤੌਰ ਤੇ ਹਾਂ ਤੇ ਹੋਰ ਵੀ ਕਾਫੀ ਜਿਵੇਂ ਮੁਕਾਬਲਿਆਂ 'ਚ ਚਲੇ ਜਾਂਦੇ ਆ ਕਪਾਲ ਮੋਚ ਹੁੰਦਾ ਮੇਲਾ ਹੁੰਦਾ ਉੱਥੇ ਚਲੇ ਜਾਂਦੇ ਆ ਨਗਰ ਕੀਰਤਨ ਹੁੰਦੇ ਉੱਥੇ ਉੱਥੇ ਵੀ ਹਾਜ਼ਰੀ ਲਾਉਣੇ ਆ ਹੂੰ ਇਹੋ ਜੀ ਗੱਲ ਨਹੀਂ ਵੀ ਹਾਂ ਜਮੇ ਹੀ ਅਸੀਂ ਨਹੀਂ ਜਾਂਦੇ ਕਿਉਂਕਿ ਸਰਕਾਰ ਵੱਲੋਂ ਵੀ ਸਾਨੂੰ 20 ਛੁੱਟੀਆਂ ਤਾਂ ਦਿੱਤੀਆਂ ਹੀ ਆ ਹਾਂ ਉਹ ਸਾਡੇ ਕੋਲ ਹੀ ਹੁੰਦੀਆਂ ਨੇ ਜੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਵੀ ਵਰਤ ਲੈਣੇ ਆ ਪਰ ਇਹੀ ਨਹੀਂ ਸਾਡੇ ਸਕੂਲ ਦੇ ਕੰਮ ਵੀ ਕਿਉਂਕਿ ਉੱਥੇ ਜਾ ਕੇ ਜੇ ਤੁਸੀਂ ਸਾਡੇ ਸਕੂਲਾਂ 'ਚ ਜਾਓਗੇ ਉੱਥੇ ਜਾ ਕੇ ਵੀ ਪਤਾ ਲੱਗ ਜੂ ਤੁਹਾਨੂੰ ਵੀ ਇਹ ਸਕੂਲ 'ਚ ਕੰਮ ਕਰਦੇ ਆ ਜਾਂ ਨਹੀਂ ਕਰਦੇ ਹਾਂ ਪੰਜਾਬ ਸਰਕਾਰ ਨੇ ਸੁਖਰਾਸ ਸਿੰਘ ਨੂੰ ਸਟੇਟ ਅਵਾਰਡ ਦਿੱਤਾ ਹੋਇਆ ਜੀ ਹਾਂ ਤੇ ਮੈਨੂੰ ਵੀ ਕ੍ਰਿਸ਼ਨ ਕੁਮਾਰ ਜੀ ਨੇ ਦੋ ਤਿੰਨ ਵਾਰ ਸਨਮਾਨਿਤ ਕੀਤਾ ਹੋਇਆ ਜੀ ਉਹ ਤਾਂ ਫਿਰ ਉਹਨਾਂ ਨੂੰ ਵੀ ਸਨਮਾਨ ਵੀ ਉਹਨਾਂ ਨੂੰ ਮਿਲਦੇ ਆ ਜਿੱਥੇ ਫਿਰ ਜਿੱਥੇ ਕੰਮ ਹੋ ਰਿਹਾ ਹੁੰਦਾ ਤੇ ਤੁਹਾਡੇ ਤਿੰਨਾਂ ਦੇ ਬਈ ਪਰਿਵਾਰਾਂ ਦੇ ਵਿੱਚੋਂ ਕੋਈ ਅੱਗੇ ਤੁਹਾਡੇ ਬੱਚੇ ਇਹ ਫੀਲਡ 'ਚ ਹਾਂਜੀ ਹਾਂਜੀ ਜਗਸੀਰ ਸਿੰਘ ਦਾ ਬੇਟਾ ਉਹਨੇ ਪ੍ਰਾਪਤੀ ਕੀਤੀ ਐ ਉਹ ਇਹੀ ਦੱਸਣਗੇ ਜੁਨੀਵਰਸਿਟੀ ਦਾ ਗੋਲਡ ਮੈਡਲਿਸਟ ਹੈ ਜੀ ਉਹ ਹੂੰ ਤੇ ਜੂਨ ਪੱਧਰ ਤੇ ਉਹਨੇ ਲਗਭਗ ਉਹ 6 ਐਟਮਾਂ ਲੈ ਕੇ ਆਇਆ ਜੀ 6ਾਂ 'ਚ ਹੀ ਜਾਨਕਿ ਉਹ ਫਸਸੀ ਜੀ ਤੇ ਉਸ ਤੋਂ ਇਲਾਵਾ ਜਿਵੇਂ ਸ਼੍ਰੋਮਣੀ ਕਮੇਟੀ ਦੇ ਸਕੂਲ ਨੇ ਜੀ ਉਹ ਸੰਤ ਫਤੇ ਸਿੰਘ ਸਕੂਲ ਆ ਬੱਲੋ ਜੀ ਉਥੋਂ ਦਾ ਪੜਿਆ ਜੀ ਤੇ ਉਥੇ ਤਿੰਨ ਵਾਰੀ ਮੁਕਾਬਲੇ ਹੋਏ ਸੀ ਤੇ ਤਿੰਨੇ ਵਾਰੀ ਉਹ ਲਗਾਤਾਰ ਜਾਨਕੀ ਤਿੰਨ ਚੀਜ਼ਾਂ ਫਸਟ ਲੈ ਕੇ ਆਉਂਦੇ ਢਾਡੀ ਕਬੀਸ਼ਰੀ ਤੇ ਲੋਕਗੀਤ ਨਾਲ ਉਹਨਾਂ ਦੇ ਸ਼ਬਦ ਉਹ ਦੇ ਫਸਟ ਆਉਂਦੇ ਰਹੇ ਆ ਤੇ ਉਹਨਾਂ ਨੇ ਫਰੀ ਚ ਉਹਨੂੰ এডੂਕੇਸ਼ਨ ਦਿੱਤੀ ਆ ਉਸ ਤੋਂ ਬਾਅਦ ਬਾਬਾ ਫਰੀਦ ਜਿਹੜਾ ਕਾਲਜ ਆ ਉਹਦੇ ਚ ਲੱਗੇ ਉਹ ਜੀ ਤੇ ਉਥੇ ਵੀ ਉਹਨਾਂ ਨੇ ਵੀ ਫਰੀ ਪੜਾਇਆ ਜੀ ਹਾਂ ਉਹਨਾਂ ਦੀ ਯੋਗਤਾ ਦੇ ਅਨੁਸਾਰ ਉਹਨਾਂ ਵੱਲੋਂ ਹੀ ਫਿਰ ਉਹ 골ਡ ਮੈਡਲਿਸਟ ਬਣਿਆ ਹੁਣ ਵੀ ਉਹ ਜਾਨਕੀ ਚੰਡੀਗੜ੍ਹ ਰਹਿ ਕੇ ਆਪ ਦਾ ਸਟੂਡੀਓ ਚਲਾ ਚਲਾ ਰਿਹਾ ਉੱਥੇ ਨਾਲ ਜੀ ਬੱਚੇ ਤਾਂ ਬੱਚੇ ਤਾਂ ਸਾਡੇ ਜਦੋਂ ਬੋਲਣ ਲੱਗੇ ਨਾਲ ਹੀ ਗਾਉਣ ਲੱਗੇ ਜੀ ਹਾਂ ਨਾਲ ਹੀ ਲੱਗੇ ਬਿਲਕੁਲ ਹਾਂ ਜੀ ਤੇ ਮੈਂ ਚਾਹੂੰਗਾ ਕੋਈ ਸ਼ਰਾਰਤੀ ਕੋਈ ਚੀਜ਼ ਲਿਖੀ ਹੋਈ ਹੈ ਵੀ ਹਾਸੇ ਠੱਠੇ ਵਾਲੀ ਕੋਈ ਉਦਾਂ ਦਾ ਕੋਈ ਰੰਗ ਹਾਂਜੀ ਹਾਂ ਨਹੀਂ ਇਹ ਹਾਂ ਇਹ ਜਿਹੜੀਆਂ ਹਾਸੇ ਠੱਠੇ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਉਹ ਇੱਕ ਸਮਾਜ ਨੂੰ ਸਿੱਧੇ ਨਾਲੀਆਂ ਚੀਜ਼ਾਂ ਹੁੰਦੀਆਂ ਨੇ ਜਿਵੇਂ ਹੁਣ ਅਸੀਂ ਵਿਆਹਾਂ ਤੇ ਬਹੁਤ ਜ਼ਿਆਦਾ ਇਕੱਠ ਕਰਦੇ ਆ ਅਸੀਂ ਕਾਣ ਤੇ ਬਹੁਤ ਜ਼ਿਆਦਾ ਇਕੱਠ ਕਰਦੇ ਆ ਭੋਗ ਤੇ ਜਾਂਦੇ ਆ ਸਾਡਾ ਨਾਰਾ ਹੈ ਵੀ ਸਾਦੇ ਵਿਆਹ ਸਾਦੇ ਭੋਗ ਨਾ ਕਰਜ਼ਾ ਨਾ ਚਿੰਤਾ ਰੋਗ ਹਾਂ ਇੱਕ ਵਾਰੀ ਕਿਸੇ ਮਾਈ ਦਾ ਕੁੜਮ ਗੁਜਰ ਗਿਆ ਜੀ ਤੇ ਉਹਨੇ ਨਾਲ ਦੀਆਂ ਮਾਈਆਂ ਇਕੱਠੀਆਂ ਕਰੀਆਂ ਟਰਾਲੀ ਭਰ ਕੇ ਘਰਦਿਆਂ ਨੂੰ ਕਹਿੰਦੀ ਮੁੰਡਿਆਂ ਨੂੰ ਕਹਿੰਦੀ ਮੈਂ ਆਪਣੇ ਵਾਲਾ 35 11 ਟਰੈਕਟਰ ਨਹੀਂ ਲਿਜਾਣ ਦੰਦੀ ਸੋਨਾ ਲੀਕਾ ਮੰਗੋ ਕਿਸੇ ਦਾ ਕਿਸੇ ਦਾ ਸੋਨਾ ਲੀਕਾ ਮੰਗਿਆ ਹਾਂ ਮਾਈਆਂ ਚੜਾ ਲੀਆਂ ਉਹ ਕਾਣ ਜਾਂਦੀਆਂ ਨਾ ਹਾਂ ਤੇ ਉਹ ਉਸ ਤਰ੍ਹਾਂ ਦਾ ਸੀ ਛੰਦ ਇੱਕ ਸੰਗ ਦੇ ਰੂਬਰੂ ਕਰਦੇ ਆ ਜੀ ਕਿ ਕਾਣ ਵੀ ਜਾਂਦੀਆਂ ਐ ਬੈਣ ਵੀ ਪਾਉਂਦੀਆਂ ਘਰੋਂ ਭੁੱਖੀਆਂ ਤੁਰਦੀਆਂ ਨਾ ਪਰ ਵਿਚਾਲੀਆਂ ਨੂੰ ਕਾਣ ਮਹਿੰਗੀ ਪੈ ਜਾਂਦੀ ਐ ਕਿਉਂਕਿ ਕੁਛ ਤਾਂ ਢਿੱਡੋਂ ਭੁੱਖੀਆਂ ਕੁਛ ਛੜਕ ਟੁੱਟੀ ਹੁੰਦੀ ਐ ਟਰੈਕਟਰ ਬਾੜਾ ਦਵੱਲਿਆ ਜਾਂਦਾ ਉਹ ਐ ਕਰਕੇ ਹੂੰ ਅ ਉਛਲਦੀਆਂ ਨਾ ਹੂੰ ਤੇ ਦੂਜੇ ਨੰਬਰ ਤੇ ਗਾਉਣ ਤੇ ਜਾਂ ਰੋਣ ਤੇ ਜ਼ੋਰ ਲੱਗਦਾ ਉਹ ਸਾਰਾ ਅਸੀਂ ਬਿਆੰਗ ਦੇ ਵਿੱਚ ਇੱਕ ਕਵਤਾ ਲਿਖੀ ਐ ਆ ਓਏ ਆਹ ਬੁੜੀਆਂ ਹਾਂ ਹਾਂ ਆਹ ਬੁੜੀਆਂ ਦੇ ਚੋਜ ਵਿਖਾਈਏ ਆਹ ਬੁੜੀਆਂ ਦੇ ਚੋਜ ਵਿਖਾਈਏ ਮਰੇ ਕੁੜਮ ਦੇ ਗੀਤ ਗਵਾਈਏ ਮਰੇ ਕੁੜਮ ਦੇ ਗੀਤ ਗਵਾਈਏ ਕਹੇ ਕੁੜਮਣੀ ਕੀੜੂ ਕਾਣਾ ਖਬਰ ਕਸੂਤੀ ਕਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ ਭਾਲੋ ਨੀ ਜੋ ਵਦਿਆਰੋ ਭਾਲੋ ਨੀ ਜੋ ਵਦਿਆਰੋ ਆਪਣਾ ਗਹਾ ਮਕਾਬਲਾ ਹੋ ਆਪਣਾ ਗਹਾ ਮਕਾਬਲਾ ਹੋ ਸਿੰਘ ਕੁੰਡੀਆਂ ਜੋ ਅੜ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ ਬੁੜੀਆਂ ਵੱਦੋਂ ਵੱਦ ਲਜਾਈਏ ਬੁੜੀਆਂ ਵੱਦੋਂ ਵੱਦ ਲਜਾਈਏ ਰੋਡੀ ਦੇ ਸੌਰੀ ਨੰਬਰ ਬਣਾਈਏ ਰੋਡੀ ਦੇ ਸੌਰੀ ਨੰਬਰ ਬਣਾਈਏ ਕੁੜਮ ਬੈਂਟਰੀ ਵਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ ਕਮਦਿਲ ਕੁੜਮਾ ਠੰਡ ਤੋਂ ਡਰ ਗਿਆ ਕਮਦਿਲ ਕੁੜਮਾ ਠੰਡ ਤੋਂ ਡਰ ਗਿਆ ਸਿਆਲ ਚੜਨ ਤੋਂ ਪਹਿਲਾਂ ਹੀ ਮਰ ਗਿਆ ਸਿਆਲ ਚੜਨ ਤੋਂ ਪਹਿਲਾਂ ਹੀ ਮਰ ਗਿਆ ਥੋੜੀ ਜੀ ਕਾਲੀ ਕਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ ਓਏ ਰਹੀ ਕੁੜਮਣੀ ਮੇਰੀ ਕਮਲੀ ਰਹੀ ਕੁੜਮਣੀ ਮੇਰੀ ਕਮਲੀ ਫੂਕਿਆ ਨਾ ਤੂੰ ਐਡਾ ਅਮਲੀ ਫੂਕਿਆ ਨਾ ਤੂੰ ਐਡਾ ਅਮਲੀ ਨੌ ਦਸ ਕਿल्ले ਚਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ ਲੋਕੋ ਖਰਚ ਪਖੰਡ ਕਰੋ ਨਾ ਲੋਕੋ ਖਰਚ ਪਖੰਡ ਕਰੋ ਨਾ ਮਰਨ ਵਾਲਿਆਂ ਦੇ ਨਾਲ ਮਰੋ ਨਾ ਮਰਨ ਵਾਲਿਆਂ ਦੇ ਨਾਲ ਮਰੋ ਨਾ ਇੱਕ ਵਾਰੀ ਵਿਆਹ ਹੋ ਗਿਆ ਸਭ ਦਾ ਹੁਣ ਦੂਜਾ ਕਿਉਂ ਧਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਜੈ ਕੁੜਮਾ ਖਾਂਦਾ ਪੀਂਦਾ ਮਰ ਗਿਆ ਵੇ ਤੇਰੀ ਜੈ ਕੁੜਮਾ ਇਸ ਨੂੰ ਲੈ ਕੇ ਕਦੇ ਕੋਈ ਨੋਟਿਸ ਵਗੈਰਾ ਤਾਂ ਨਹੀਂ ਆਇਆ ਤੁਹਾਨੂੰ ਨਾ ਜੀ ਨਹੀਂ ਤੁਸੀਂ ਜ਼ਿਆਦਾ ਉਹ ਕਰਤਾ ਹੈ ਇਸਤਰੀਆਂ ਨੂੰ ਨਾ ਜੀ ਨਾ ਨਾ ਪਰ ਤੁਸੀਂ ਜਿਹੜਾ ਇਹ ਚ ਮੈਸੇਜ ਦਿੱਤਾ ਬਹੁਤ ਵਧੀਆ ਇੱਕ ਮੈਸੇਜ ਦਿੱਤਾ। ਮੈਂ ਸ਼ਿਪਾਰਸ਼ੀ ਮਾਤਾ ਕਰਦੀਆਂ ਨਹੀਂ। ਮਾਤਾ ਕਰਦੀਆਂ ਸ਼ਿਪਾਰਸ਼। ਹਾਂ ਮੈਂ। ਹਾਂ। ਮੈਂ ਕਿਹਾ ਸਾਰਾ ਇਤਿਹਾਸ ਸੁਣਾ ਕੇ ਆ ਜੀ। ਉਹ ਯਾਦ ਨਾ ਯਾਦ ਰਹੇ ਨਾ ਰਹੇ। ਹਾਂ। ਪਰ ਇਹ ਲਾਜ਼ਮੀ ਆ ਕਿ ਮਾਤਾ ਕਹਨੇ ਭਾਈ ਕਾਣ ਵਾਲਾ ਜ਼ਰੂਰ ਸੁਣਾ ਕੇ ਜਾਓ ਤੁਹਾਨੂੰ। ਹਾਂ ਇਹ ਤੁਹਾਡਾ ਜਿਆਦਾ ਵਾਇਰਲ ਹੋਇਆ। ਹਾਂ ਜੀ। ਇਹ ਹੋਇਆ 70 ਸਾਲੇ ਪੜਦੇ ਕਰਦੇ ਵੇਖ ਕਮਾਲ ਕੁੜੇ ਉਸ ਤਰ੍ਹਾਂ ਦੇ ਚੰਦ ਉਹ ਵੀ ਹੋ ਜਾਂਦੇ ਆ। ਦੇਖੋ ਜੀ ਹੱਸਣਾ ਨਾ ਮਨੁੱਖ ਦੀ ਫਿਤਰਤ ਹੈ। ਪਰ ਅਸੀਂ ਕਿੰਨੀਆਂ ਡੂੰਘੀਆਂ ਗੱਲਾਂ ਕਰੀ ਜਾਂਦੇ ਅਸੀਂ ਪੰਜਾਬੀ ਜਿੰਨਾ ਚਿਰ ਹੱਸੀਏ ਨਾ ਕਿਉਂਕਿ ਦੁਸ਼ਮਣੀਆਂ ਤੇ ਲਾਗ ਲਾਗ ਡਾਟ ਵੀ ਕਰਦੇ ਸਦਾ ਤਬਾਹੀ ਸਭ ਧਰਮਾਂ ਦੇ ਗ੍ਰੰਥ ਵੇਖ ਲਓ ਇਹੀ ਦੇਣ ਗਵਾਹੀ ਦੂਜਿਆਂ ਨੂੰ ਦੁੱਖ ਦੇਵਣ ਵਾਲੇ ਆਪ ਕਸੂਤੇ ਫਸਦੇ ਸੱਜਣ ਜੀ ਹੱਸਦਿਆਂ ਦੇ ਹੱਸਦਿਆਂ ਦੇ ਘਰ ਵਸਦੇ ਸੱਜਣ ਜੀ ਹੱਸਦਿਆਂ ਦੇ ਹੱਸਣਾ ਬਹੁਤ ਜ਼ਰੂਰੀ ਹੈ ਤੇ ਹਾਸੇ ਠੱਠੇ ਬਿਨਾ ਪੰਜਾਬੀਆਂ ਦਾ ਸਰਦਾ ਨਹੀਂ ਇਸ ਕਰਕੇ ਸੰਗਤ ਜਰੂਰ ਇਹਨਾਂ ਚੀਜ਼ਾਂ ਦੀ ਮੰਗ ਕਰਦੀ ਹੈ ਜੀ ਤੇ ਜਿਵੇਂ ਹੋਰ ਕੋਈ ਇਤਿਹਾਸ ਦੇ ਵਿੱਚੋਂ ਜੇ ਮੈਂ ਸ਼ਹੀਦ ਉਦਮ ਸਿੰਘ ਦੀ ਗੱਲ ਕਰਾਂ ਜਾਂ ਮਹਾਰਾਣੀ ਜਿੰਦਾ ਦੀ ਗੱਲ ਕਰਾਂ ਕੋਈ ਹੋਰ ਚੀਜ਼ ਕੋਈ ਹਾਂਜੀ ਹਾਂਜੀ ਨਵੀਂ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਨ ਵਾਸਤੇ ਹਾਂ ਇਹ ਕਵੀਸ਼ਰਾਂ ਦਾ ਟਾੜੀਆਂ ਦਾ ਫਰਜ਼ ਹੁੰਦਾ ਹੈ ਕਿ ਉਹ ਵਨਸ ਬੰਨੇ ਇਤਿਹਾਸ ਆ ਸੰਗਤ ਦੇ ਸਾਹਮਣੇ ਰੱਖਣ ਜੀ ਅਸੀਂ ਸ਼ੇਰ-ਏ-ਪੰਜਾਬ ਮਹਾਰਾਜੇ ਰਣਜੀਤ ਸਿੰਘ ਦਾ ਇਤਿਹਾਸ ਬੱਚਿਆਂ ਨੂੰ ਸੰਗਤ ਨੂੰ ਸੁਣਾਉਨੇ ਆ ਤਾਂ ਕਿ ਸਾਡੇ ਬੱਚਿਆਂ ਨੂੰ ਪਤਾ ਲੱਗੇ ਜਿੰਦਾ ਰਾਣੀ ਦੀ ਕਿੰਨੀ ਵੱਡੀ ਕੁਰਬਾਨੀ ਹੈ ਸ਼ੇਰ-ਏ-ਪੰਜਾਬ ਦਾ ਕਿਹੋ ਜਿਹਾ ਰਾਜ ਸੀ ਹਾਂ ਲੋ ਆਓ ਉਹਦੇ ਵਿੱਚੋਂ ਇੱਕ ਨਮੂਨਾ ਕਿ ਸ਼ੇਰ-ਏ-ਪੰਜਾਬ ਦੁਨੀਆ ਨੂੰ ਫਤੇ ਬਲਾਉਣ ਤੋਂ ਪਹਿਲਾਂ ਆਪਦੇ ਖਾਸ-ਖਾਸ ਬੰਦਿਆਂ ਨੂੰ ਸੰਗਤ ਨੂੰ ਇੱਕ ਮੈਸੇਜ ਦਿੰਦੇ ਨੇ ਜੀ ਕਿ ਗਊ ਗਰੀਬਦਰਾਂ ਤੋਂ ਮੁੜ ਜੇ ਕੋਈ ਖਾਲੀ ਨਾ ਉਹਨੂੰ ਇੱਕ ਨਾਲ ਲਗਾਇਓ ਜਿਹਦਾ ਕੋਈ ਬਾਲੀ ਨਾ ਇਹੀ ਗੁਣ ਵਖਰਾ ਜੱਗ ਤੋਂ ਸਿੱਖੀ ਸਮਾਜ ਦਾ ਨੀਮਾ ਨਾ ਹੋ ਜੇ ਸਿੰਘੋ ਝੰਡਾ ਸਿੱਖ ਰਾਜ ਦਾ ਹੈ ਇਉਂ ਕਹਿੰਦੇ ਹਨ ਬੋਲਾ ਆਯਾ ਦਰਬਾਰ ਆਖਰੀ ਸ਼ੇਰੇ ਪੰਜਾਬ ਨੇ ਸਤਗੁਰ ਨੇ ਪੂਰੇ ਕੀਤੇ ਤੱਕੇ ਜੋ ਖਾਬ ਨੇ ਲੱਖਾਂ ਤਨਵਾਦ ਕਰਾਂ ਮੈਂ ਸੱਚੇ ਮਹਾਰਾਜ ਦਾ ਨੀਵਾਂ ਨਾ ਹੋਜੇ ਸਿੰਘੋ ਚੰਡਾ ਸਿੱਖ ਰਾਜ ਦਾ ਨੀਵਾਂ ਨਾ ਹੋਜੇ ਸਿੰਘੋ ਹੋਏ ਰਾਜ ਦੇ ਮੁਖੀ ਚੋਣ ਮੇ ਸੱਦੇ ਸਰਦਾਰ ਜੀ ਖੜਿਆ ਨਾ ਜਾਵੇ ਕਾਫੀ ਚਿਰ ਦੇ ਬਮਾਰ ਜੀ ਉੱਚਾ ਮੁੱਲ ਰੋਹੇ ਹਮੇਸ਼ਾ ਮੇਰੇ ਸਿਰ ਤਾਜ ਦਾ ਨੀਵਾਂ ਨਾ ਹੋਜੇ ਸਿੰਘੋ ਚੰਡਾ ਸਿੱਖ ਰਾਜ ਦਾ ਨੀਵਾ ਨਾ ਹੋ ਜੇ ਸਿੰਘੋ ਮਹਾ ਸਿੰਘ ਫੁੱਲਾ ਨਲੂਆ ਦਿਲ ਚੋਂ ਪੋਲਾਇਓ ਨਾ ਆਪਸਦਿ ਚੌਦਰ ਦੇ ਲਈ ਖੰਡਾ ਖੜਕਾਇਓ ਨਾ ਕਰਨਾ ਵਿਸ਼ਵਾਸ ਕਦੇ ਨਾ ਪਾਪੀ ਦਗੇ ਬਾਜਦਾ ਨੀਵਾ ਨਾ ਹੋ ਜੇ ਸਿੰਘੋ ਚੰਡਾ ਸਿੱਖ ਰਾਜ ਦਾ ਨੀਵਾਂ ਨਾ ਹੋ ਜੇ ਸਿੰਘੋ ਹੋਇ ਤਿਆਨ ਸਿੰਘ ਡੋਗਰੇ ਨੂੰ ਸ਼ੇਰੇ ਪੰਜਾਬ ਕਹੇ ਅੱਜ ਵਾਂਗੂ ਰਾਜ ਚੱਲਦਾ ਮੇਰੇ ਤੋਂ ਬਾਜ ਰਹੇ ਪੈਂਦਾ ਮੁੱਲ ਰਹੇ ਹਮੇਸ਼ਾ ਮੇਰੀ ਬਾਜਰਾ ਨੀਵਾਂ ਨਾ ਹੋ ਜੇ ਸਿੰਘੋ ਚੰਡਾ ਸਿੱਖ ਰਾਜ ਦਾ ਨੀਵਾਂ ਨਾ ਹੋ ਜੇ ਸਿੰਘੋ ਵਾਦੀਵਾ ਕੋਈ ਸ਼ਬਦ ਨਹੀਂ ਕੋਈ ਸ਼ਬਦ ਨਹੀਂ ਬਹੁਤ ਮਿਹਰਬਾਨੀ ਮੈਨੂੰ ਇਹ ਲੱਗਦਾ ਹੈਗਾ ਵੀ ਜਿਹੜਾ ਇਹ ਚੀਜ਼ ਤੁਸੀਂ ਕਰਤੀ ਮਨਨ ਦਾ ਬਹੁਤ ਸਾਰੇ ਲੋਕ ਜਿਹੜੇ ਦੇਖ ਰਹੇ ਆ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਬੈਠੇ ਉਹ ਜ਼ਰੂਰ ਉਹਨਾਂ ਨੂੰ ਉਹ ਜਿਹੜੀ ਇੱਕ ਤੜਪਾ ਜਿਹੜੀ ਕਹਿੰਦੇ ਆ ਵੀ ਸਿੱਖਾਂ ਦੇ ਸੀਨੇ ਦੇ ਵਿੱਚ ਜਿਹੜੀ ਤੜਫਾ ਜਾਂ ਸਿੱਖਾਂ ਦਾ ਬੱਚਾ ਜਦੋਂ ਜੰਮਦਾ ਉਹ ਸਾਡੇ ਲਹੂ ਦੇ ਵਿੱਚ ਆ ਤੇ ਅਸੀਂ ਵੀ ਅਰਦਾਸ ਕਰਦੇ ਆ ਵੀ ਇਹ ਸੁਪਨਾ ਵੀ ਇੱਕ ਦਿਨ ਜ਼ਰੂਰ ਜਿਹੜਾ ਉਹ ਪੂਰਾ ਵੀ ਹੋਣਾ ਚਾਹੀਦਾ ਰਾਜ ਕਰੇਗਾ ਖਾਲਸਾ ਹਾਂ ਹਾਂਜੀ ਤੁਹਾਨੂੰ ਕੀ ਲੱਗਦਾ ਜੇ ਅੱਜ ਦੇ ਮੈਂ ਉਸ ਦੌਰ ਦੀ ਗੱਲ ਕਰਾਂ ਜੇ ਆਪਾਂ 84 ਤੋਂ ਬਾਅਦ ਦੇਖਦੇ ਆਂ ਜਾਂ ਹੁਣ ਵਾਲਾ ਦੌਰ ਦੇਖਦੇ ਆਂ ਜਿਹੜੀ ਰਾਜਨੀਤੀ ਜਾਂ ਉਸ ਐਂਗਲ ਤੋਂ ਹਾਲਾਂਕਿ ਮੈਂ ਉਸ ਆਪਾਂ ਹਿਸਾਬ ਨਾਲ ਨਹੀਂ ਗੱਲਬਾਤ ਕਰ ਰਹੇ ਤੁਹਾਨੂੰ ਕੀ ਲੱਗਦਾ ਜਿਹੜੀ ਆਪਣੇ ਬੱਚਿਆਂ ਦੇ ਵਿੱਚ ਜਾਂ ਉਹ ਚੀਜ਼ ਦੇ ਵਿੱਚ ਇਤਿਹਾਸ ਕਰਕੇ ਥੋੜਾ ਜਿਹਾ ਉਹ ਚੀਜ਼ਾਂ ਅਸੀਂ ਇਤਿਹਾਸ ਨਹੀਂ ਪੜ ਰਹੇ ਜਾਂ ਦੇ ਬੱਚਿਆਂ ਨੂੰ ਜਾਣੂ ਨਹੀਂ ਕਰਾਇਆ ਜਾਂ ਜ਼ਮਾਨਾ ਹੀ ਇੰਨਾ ਤੇਜ਼ ਹੋ ਗਿਆ ਵੀ ਅਸੀਂ ਉਹ ਚੀਜ਼ ਤੋਂ ਬਹੁਤ ਜ਼ਿਆਦਾ ਕੋਹਾਂ ਦੂਰ ਹੋਣ ਲੱਗੇ ਦੇਖੋ ਜੀ ਪਰਿਵਰਤਨ ਕੁਦਰਤ ਦਾ ਨਿਯਮ ਹੈ ਹਾਂ ਬਦਲਾ ਆਉਣਾ ਹੀ ਆਉਣੇ ਹਾਂ ਤੇ ਸਿਆਣੇ ਬੰਦੇ ਕਹਿੰਦੇ ਨੇ ਗਲਾਸ ਅੱਧਾ ਪਾਣੀ ਦਾ ਉਹਨੂੰ 네ਗੇਟਿਵ ਬਿਰਤੀ ਵਾਲੇ ਉੱਪਰੋਂ ਵੇਖਣਗੇ ਹੂੰ ਵੀ ਇਹ ਅੱਧਾ ਖਾਲੀ ਹੈ ਜੀ ਪੋਜ਼ਿਟਿਵ ਬਿਰਤੀ ਵਾਲੇ ਥੱਲੋਂ ਵੇਖਣਗੇ ਜੀ ਵੀ ਅੱਧਾ ਭਰਿਆ ਹੋਇਆ ਹੂੰ ਤਾਂ ਸਮਾਜ ਦੇ ਵਿੱਚ ਆਪਾਂ ਬਸ ਇੰਨੀ ਕੁਸ਼ੀ ਕਹਾਂਗੇ ਕਿ ਹੁਣ ਵੀ ਬਹੁਤ ਕੁਝ ਚੰਗਾ ਹੋ ਰਿਹਾ ਹੈ ਤੇ ਪਹਿਲਾਂ ਬਹੁਤ ਕੁਝ ਬੁਰਾ ਹੁੰਦਾ ਸੀ ਹੂੰ ਇਸ ਕਰਕੇ ਜਿੱਥੇ ਕਈ ਸਾਡੀਆਂ ਕਦਰਾਂ ਕੀਮਤਾਂ ਨੂੰ ਖੋਰਾ ਲੱਗ ਰਿਹਾ ਹੈ ਉੱਥੇ ਸਾਡੇ ਨਵੇਂ ਟੈਲੈਂਟਡ ਬੱਚੇ ਬਹੁਤ ਵੱਡੀਆਂ-ਵੱਡੀਆਂ ਮੱਲਾਂ ਵੀ ਮਾਰ ਰਹੇ ਨੇ ਹਮ ਸਮਾਜ ਉਸ ਪਾਸਿਓਂ ਤਰੱਕੀ ਵੀ ਕਰ ਰਿਹਾ ਹੈ ਹਮ ਖਾਸ ਕਰਕੇ ਜਦੋਂ ਤੁਹਾਡੇ ਵਰਗੇ ਲੋਕਾਂ ਨੂੰ ਲੋਕ ਦੇਖਣਗੇ ਤੁਹਾਨੂੰ ਤੁਸੀਂ ਕੈਮਰੇ ਦੇ ਸਾਹਮਣੇ ਇਹ ਵੀ ਇੱਕ ਜਗਸੀਰ ਜੀ ਪੋਜ਼ਿਟਿਵ ਹੋਇਆਗਾ ਬਿਲਕੁਲ ਜੀ ਬਿਲਕੁਲ ਬਿਲਕੁਲ ਹਮ ਅੱਗੇ ਨਾਲੋਂ ਫਿਰ ਲੋਕ ਤੁਹਾਨੂੰ ਜ਼ਿਆਦਾ ਰਾਬਤਾ ਕਰਦੇ ਨੇ ਹਾਂਜੀ ਹਾਂਜੀ ਬਹੁਤ ਕਰ ਰਹੇ ਹਮ ਵੈਸੇ ਅ ਅਸੀਂ ਤਾਂ ਨਾ ਸਾਰੇ ਧਰਮਾਂ ਦੀ ਤੇ ਸਿੱਖ ਧਰਮ ਚ ਵੀ ਇਸ ਗੱਲ ਦੀ ਉਹ ਕਰਦੇ ਆ ਵੀ ਸਿੱਖ ਧਰਮ ਚ ਸਾਡੇ ਗੁਰੂ ਗ੍ਰੰਥ ਸਾਹਿਬ ਚ ਪੜਨ ਵਾਲਾ ਬਹੁਤ ਕੁਝ ਪਿਆ ਸਾਨੂੰ ਪ੍ਰੀਮ ਸਿਖਾਇਆ ਜਾਂਦਾ ਉਹਦੇ ਚੋਂ ਬਹੁਤ ਕੁਝ ਸਿੱਖਣ ਨੂੰ ਸਾਨੂੰ ਉਹਦੇ ਚੋਂ ਮਿਲ ਰਿਹਾ ਹਮ ਪਰ ਕੱਲਾ ਸਾਨੂੰ ਲੜਾਈ ਵਾਲਾ ਕੰਮ ਹੀ ਨਹੀਂ ਦੱਸਿਆ ਜਾ ਰਿਹਾ ਹਮ ਐਂ ਨਹੀਂ ਵੀ ਸਾਨੂੰ ਲੜਨਾ ਹੀ ਨਹੀਂ ਸਿਖਾਇਆ ਜਾਂਦਾ ਕੱਲਾ ਵੀ ਤੁਸੀਂ ਲੜਨਾ ਹੀ ਆ ਜਾ ਕੀ ਹਮ ਸਾਨੂੰ ਇਹ ਵੀ ਸਿਖਾਇਆ ਜਾਂਦਾ ਪਹਿਲਾਂ ਪ੍ਰੇਮ ਵੀ ਕਰੋ ਅਗਲੇ ਨਾਲ ਵਾ ਵਾ ਪਹਿਲਾਂ ਸਭ ਤੋਂ ਪਹਿਲਾਂ ਪ੍ਰੇਮ ਕਰੋ ਉਹਦੇ ਨਾਲ ਜੇ ਅਗਲਾ ਪ੍ਰੇਮ ਨਾਲ ਵੀ ਨਹੀਂ ਸੁਣ ਲਿਆ ਸਾਨੂੰ ਬਾਅਦ ਚ ਕਿਹਾ ਵੀ ਹਥਿਆਰ ਚੱਕਣ ਨੂੰ ਜਾਂ ਬਾਅਦ ਚ ਕਿਹਾ ਲੜਨ ਵਾਸਤੇ ਹਾਂ ਸਾਡੇ ਹੁਣ ਕੀ ਹੈ ਨੌਜਵਾਨਾਂ ਚ ਕਈ ਇਹ ਇਸ ਤਰ੍ਹਾਂ ਦਾ ਜੋਸ਼ ਭਰ ਦਿੱਤਾ ਜਾਂਦਾ ਉਹ ਗੁਰਬਾਣੀ ਨਾਲ ਓਵੇਂ ਨਹੀਂ ਜੁੜ ਰਹੇ ਤੇ ਸਿਰਫ ਤੇ ਸਿਰਫ ਇਹੀ ਹੈ ਵੀ ਅਸੀਂ ਅ ਦੂਜੇ ਧਰਮਾਂ ਦਾ ਅਸੀਂ ਨਰਾਦਰ ਕਰਨਾ ਹੋਰ ਕਰਨਾ ਇਹੋ ਜਿਹੀਆਂ ਗੱਲਾਂ ਵੱਲ ਵੀ ਚੱਲੇ ਹੋਏ ਆ ਸਾਨੂੰ ਉਹ ਨਹੀਂ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਆਪ ਦੇ ਧਰਮ ਦਾ ਪ੍ਰਚਾਰ ਕਰੋ ਜੀ ਆਪ ਦੇ ਨਾਲ ਜੋੜੋ ਪਹਿਲਾਂ ਜਿਹੜੇ ਸੱਤੋਂ ਨਾਲ ਟੁੱਟੇ ਹੋਏ ਆ ਉਹਨਾਂ ਨੂੰ ਪਿਆਰ ਨਾਲ ਜੋੜੋ ਨਾ ਕਿ ਧੱਕੇ ਨਾਲ ਉਹ ਨਾ ਕੋਈ ਜੁੜਿਆ ਕਦੇ ਨਾ ਹੀ ਜੁੜਨਾ ਕਦੇ ਜੀ ਇੱਕ ਮੇਰੀ ਹੋਰ ਆ ਜੇ ਮੇਰੀ ਇਹ ਨਿੱਜੀ ਜੀ ਫਰਮਾਇਸ਼ ਆ ਮੈਨੂੰ ਨਹੀਂ ਪਤਾ ਤੁਸੀਂ ਲੀਡਰਾਂ ਨੂੰ ਡਰਾਂ ਤੇ ਕੁਝ ਲਿਖਿਆ ਕਿਉਂਕਿ ਅਸੀਂ ਜ਼ਿਆਦਾ ਰਾਜਨੀਤਿਕ ਗੱਲਾਂ ਬਾਤਾਂ ਇੰਟਰਵਿਊਜ਼ ਕਰਦੇ ਆ ਕੁਝ ਹੈਗੀ ਆ ਕੋਈ ਇਹੋ ਜਿਹੀ ਗੱਲ ਅਸਲ ਜਿਤੇ ਹੁੰਦਾ ਹੋਵੇ ਵਿਅੰਗ ਵਿਅੰਗ ਦੇਖੋ ਉਹ ਇਸ ਤਰ੍ਹਾਂ ਹੀ ਆਸੀ ਆਪਦੀ ਕਵਿਤਾ ਸਾਡੀ ਹੁਣੇ ਰਿਕਾਰਡ ਹੋਈ ਹੈ ਤੇ ਸੰਗਤ ਬੜੀ ਪਸੰਦ ਕਰ ਰਹੀ ਹੈ ਉਹਨੂੰ ਹਾਂ ਕਿ ਉੱਠ ਜਾਗ ਪੰਜਾਬ ਸਿਆ ਸੋਚ ਤੇਰੇ ਕੀ ਰਹਿ ਗਿਆ ਪੱਲੇ ਹਾਂ ਚੰਡੀਗੜ੍ਹ ਖੋਲਿਆ ਹੈ ਜ਼ਖਮ ਜ਼ਖਮ 84 ਦੇ ਵੀ ਅੱਲੇ ਹਾਂ ਤੇ ਉਹੇ ਜੀ ਗੱਲ ਅਸੀਂ ਆਪਦੀ ਕਵਿਤਾ ਨਾਲ ਹੀ ਕਹਿਣ ਦੀ ਕੋਸ਼ਿਸ਼ ਕੀਤੀ ਹੈ ਲਓ ਸੁਣੋ ਪਿਆਰ ਨਾਲ ਉੱਠ ਜਾਗ ਪੰਜਾਬ ਸਿਆ ਜੀ ਹੋ ਦੂਜੇ ਸੂਬੇ ਕਹਿੰਦੇ ਨੇ ਤੇਰੀ ਸਭ ਤੇ ਸੀ ਸਰਦਾਰੀ ਤੇਰੇ ਸ਼ੇਰ ਪੰਜਾਬੀ ਤੋਂ ਡਰਦੀ ਸੀ ਤਦ ਦੁਨੀਆਂ ਸਾਰੀ ਹਾਏ ਬੂ ਦੀ ਗੂੰਜ ਪਵੇ ਜਿੱਥੇ ਸੀ ਸ਼ਾਬਾਤੇ ਬੱਲੇ ਉੱਠ ਜਾਗ ਪੰਜਾਬ ਸਿਆ ਸੋਚ ਤੇਰੇ ਕੀ ਰਹਿ ਗਿਆ ਪੱਲੇ ਉਹ ਹਿੰਦ پاک ਮੁਲਕ ਬਣਗੇ ਤੇਰੇ ਕਰਕੇ ਜਿਸਮ ਦੇ ਟੋਟੇ 1962 24 ਕਰਤੇ ਦੂਰ ਨੋਹਾ ਤੋਂ ਪੋਟੇ ਚੰਡੀਗੜ੍ਹ ਖੋਲਿਆ ਹੈ ਜ਼ਖਮ 84 ਦੇ ਵੀ ਅੱਲੇ ਉੱਠ ਜਾਗ ਪੰਜਾਬ ਸਿਆ ਸੋਚ ਤੇਰੇ ਕੀ ਰਹਿ ਗਿਆ ਪੱਲੇ ਹਰਿਆਲੀ ਮੁੱਕ ਚੱਲੀ ਹਰਿਆਲੀ ਮੁੱਕ ਚੱਲੀ ਰੁੱਖ ਨਾ ਕਿਤੇ ਇਥੇ ਆਉਂਦੇ ਟੋਲੇ ਚੋਨੇ ਨੇ ਖਾਲੇ ਨੇ ਮੂੰਗੀ ਮੋਠ ਬਾਜਰਾ ਚੋਲੇ ਬੰਜਰ ਬਲ ਬਦ ਗਿਆ ਤੂੰ ਪਾਣੀ ਰੋਜ਼ ਜਾਰ ਹਾ ਥੱਲੇ ਉਠ ਜਾਗ ਪੰਜਾਬ ਸਿਆ ਸੋਚ ਤੇਰੇ ਕੀ ਰਹਿ ਗਿਆ ਪੱਲੇ ਹੋਏ ਤੇਸ ਪਰੇ ਮਾੜੀ ਵਾਤੀ ਫਸਲ ਕਰਜ ਕੀ ਲਾਹੇ ਅੰਨ ਦਾਤਾ ਭੁੱਖਾ ਹੈ ਹੋ ਕੇ ਤੰਗ ਲੈ ਰਹਾ ਫਾਹੇ ਠੇਕਾ ਵੀ ਮੁੜਦਾ ਨਹੀਂ ਠੇਕਾ ਵੀ ਮੁੜਦਾ ਨਹੀਂ ਰਹਿੰਦੇ ਖਾਲੀ ਖੜਕਦੇ ਗੱਲੇ ਉਠ ਜਾਗ ਪੰਜਾਬ ਸਿਆ ਸੋਚ ਤੇਰੇ ਕੀ ਰਹਿ ਗਿਆ ਪੱਲੇ ਤੇਰੇ ਪੁੱਤ ਤੀਆਂ ਚੋਂ ਬਹੁਤੇ ਬੁੱਢੇ ਅਤੇ ਨਕੰਮੇ ਰੋਜੀ ਦੀ ਪਾਲ ਚਨੇ ਤੇਰੀ ਐਸ ਤਰਤ ਦੇ ਜੰਮੇ ਪੁੱਤ ਤਰੇ ਵਿਦੇਸ਼ਾਂ ਨੂੰ ਮਾਪਰ ਮਾਪੇ ਰੋਲਣੇ ਇਕੱਲੇ ਉੱਠ ਜਾਗ ਪੰਜਾਬ ਸਿਆ ਸੋਚ ਤੇਰੇ ਕੀ ਰਹਿ ਗਿਆ ਪੱਲੇ ਵੰਡ ਲਿਆ ਸ਼ਹੀਦਾਂ ਨੂੰ ਵੰਡ ਲਿਆ ਸ਼ਹੀਦਾਂ ਨੂੰ ਲਾ ਕੇ ਜਾਤ ਗੋਤ ਦੇ ਨਾਰੇ ਧਰਮਾਂ ਦੀਆਂ ਵੰਡੀਆਂ ਨੇ ਟੱਡੇ ਆ ਭਾਈ ਭਾਈ ਨੂੰ ਮਾਰੇ ਹੋਈ ਕਲਮ ਬਕਾਉ ਹੈ ਹੁਣ ਨਾ ਲੋਕ ਹਤਾਂ ਵਿੱਚ ਚੱਲੇ ਉੱਠ ਜਾਗ ਪੰਜਾਬ ਸਿਆ ਸੋਚ ਤੇਰੇ ਕੀ ਰਹਿ ਗਿਆ ਪੱਲੇ ਉੱਠ ਜਾਗ ਪੰਜਾਬ ਸਿਆ ਸੋਚ ਤੇਰੇ ਕੀ ਰਹਿ ਗਿਆ ਪੱਲੇ ਵਾਜੀ ਵਾ ਜੀ ਬਹੁਤ ਉਹ ਦਰਦ ਆ ਆਪਣਾ ਪਰ ਮੈਨੂੰ ਲੱਗਦਾ ਹੈਗਾ ਵੀ ਜਿਹੜੇ ਦੇਣਾ ਉਹ ਬਹੁਤ ਵਧੀਆ ਆਉਣਗੇ ਕਿਉਂਕਿ ਸੋਡੇ ਵਰਗੇ ਲੋਕ ਜਾਂ ਹੋਰ ਲੋਕ ਜਦੋਂ ਆਪਾਂ ਉਹੋ ਜਿਹੇ ਲੋਕਾਂ ਦੇ ਵਿੱਚ ਵਿਚਰਦੇ ਆ ਜਿਵੇਂ ਤੁਸੀਂ ਉਹ ਗਲਾਸ ਵਾਲੀ ਉਦਾਹਰਣ ਦਿੱਤੀ ਤਾਂ ਬਹੁਤ ਲੋਕ ਨੇ ਜਿਹੜੇ ਹਾਂ ਪੱਕੀ ਗੱਲ ਕਰਦੇ ਆ ਆਸ਼ਾਵਾਦੀ ਗੱਲ ਕਰਦੇ ਆ ਹਾਂ ਮੈਂ ਜਾਂਦੇ ਜਾਂਦੇ ਚਾਹੂੰਗਾ ਕੋਈ ਹੋਰ ਮਤਲਬ ਕੋਈ ਜਾਂ ਇਹਨਾਂ ਦੀ ਸ਼ਰਾਰਤ ਮੈਨੂੰ ਜਰੂਰ ਦੱਸੋ ਕਿਉਂਕਿ ਜਿਹੜਾ ਮੈਂ ਸਟੇਜ ਤੇ ਇਹਨਾਂ ਦਾ ਜਿਹੜਾ ਮੇਰੇ ਦਿਮਾਗ ਦੇ ਵਿੱਚ ਦ੍ਰਿਸ਼ ਬਣ ਗਿਆ ਮੈਨੂੰ ਇਹ ਲੱਗਦਾ ਵੀ ਇਹ ਸ਼ਰਾਰਤੀ ਘੱਟ ਨੇ ਇਹ ਜ਼ਿਆਦਾ ਨਹੀਂ ਸ਼ਰਾਰਤ ਕਿ ਤੁਸੀਂ ਤਾਂ ਨਹੀਂ ਦੱਸ ਰਹੇ ਵੀ ਇਹ ਮੁੱਖ ਅਧਿਆਪਕ ਨੇ ਕਿ ਕੱਲ ਨੂੰ ਕਿਤੇ ਕੋਈ ਹੋਰ ਚੱਕਰ ਨਾ ਪੈ ਜੀ ਸਾਨੂੰ ਮੁੱਖ ਅਧਿਆਪਕ ਦਾ ਤਾਂ ਉਹਨਾਂ ਡਰ ਨਹੀਂ ਹੁੰਦਾ ਜੀ ਆਗੂ ਦਾ ਡਰ ਬਹੁਤ ਹੁੰਦਾ ਤੇ ਆਗੂ ਵੀ ਨੇ ਤੁਹਾਡੇ ਇਹ ਸਾਡੇ ਆਗੂ ਨੇ ਨਾ ਫਿਰ ਹੁਣ ਉਸ ਗੱਲ ਦਾ ਤਾਂ ਡਰ ਰਹਿੰਦਾ ਹੀ ਆ ਥੋੜਾ ਜਿਹਾ ਸਟੇਜ ਤੇ ਤਾਂ ਅਸੀਂ ਕਈ ਵਾਰੀ ਐਵੇਂ ਚੱਲ ਪੈਂਦੇ ਹਾਂ ਅਸੀਂ ਸਤਿਕਾਰ ਕਰਦੇ ਹਾਂ ਦਾ ਸੱਚੀ-ਮੱਚੀ ਕਰਦੇ ਹਾਂ ਥੱਲੇ ਉੱਤਰ ਬਹੁਤ ਕਰ ਜਾਂਦੇ ਹੀ ਇਹ ਹਾਂ ਤੇ ਵੈਸੇ ਇਹਨਾਂ ਦਾ ਜਿਹੜਾ ਬਾਡੀ ਲੈਂਗੁਏਜ ਹੈ ਹਾਂ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਕਰਨ ਵਾਲੀ ਹੁੰਦੀ ਹੈ ਜਿਹੜਾ ਸਟਾਈਲ ਆ ਇੱਕ ਮੈਂ ਉਹ ਜ਼ਰੂਰ ਚਾਹੂਗਾ ਜਿਹੜਾ ਉਸ ਦਿਨ ਤੁਸੀਂ ਸਟੇਜ ਦੇ ਉੱਤੇ ਕਰ ਰਹੇ ਸੀ ਜਿਹੜਾ ਤੁਸੀਂ ਦੱਸ ਰਹੇ ਸੀ ਮਸ਼ਹੂਰੀ ਵਾਲਾ ਉਹ ਇੱਕ ਵੱਖਰੇ ਤਰੀਕੇ ਦੀ ਜਿਹੜੀ ਐਡ ਕਰ ਰਹੇ ਸੀ ਆਪਦੀ ਹਾਂ ਜਿਹੜੀ ਪੈਸੇ ਸਾਨੂੰ ਦਿੰਦੇ ਆ ਕਿ ਉਹ ਵੱਡ ਕੇ ਤਰਦੇ ਸੀ ਢੋਲ ਵੱਡ ਕੇ ਦੱਸੇ ਹੁਣ ਆਪਾਂ ਨੂੰ ਹੋਰ ਹਾਂ ਵੀ ਤੁਸੀਂ ਕਹਿੰਦੇ ਸੀ ਪੇਟੀਐਮ ਕਰਦੇ ਉਹ ਚੀਜ਼ ਉਹ ਮੈਂ ਜ਼ਰੂਰ ਚਾਹੂਗਾ ਵੀ ਹਾਲਾਂਕਿ ਤੁਸੀਂ ਚਲੋ ਸੀ ਮਜਾ ਕੇ ਕੀ ਮਤਲਬ ਵੱਖਰਾ ਸਟਾਈਲ ਸੀ ਤੁਹਾਡੀ ਜਿਹੜੀ ਉਹ ਐਡ ਦਾ ਸੀ ਹਾਂ ਹਾਂ ਉਹ ਦੇਖੋ ਇਹ ਸੀ ਕਿ ਜਿਹੜੇ ਪਹਿਲਾਂ ਕਬੀਸ਼ਰ ਆਉਂਦੇ ਹਾਂ ਉਹਨਾਂ ਦੇ ਮੂਰੇ ਗਲਾਸ ਤਰਿਆ ਜਾਂਦਾ ਉਹਦੇ ਚ 7-8 ਰੁਪਏ ਪੈ ਜਾਂਦੇ ਉਹਨਾਂ ਨੇ 3 ਘੰਟੇ ਗਾਉਣਾ ਹੁੰਦਾ ਜੀ ਤੇ ਉਹਨਾਂ ਨੂੰ ਤਿੰਨਾਂ ਜਣਿਆਂ ਨੂੰ ਬਾਧੂ ਰਹਿੰਦੇ ਕਿਉਂਕਿ ਉਦੋਂ 96 ਰੁਪਏ ਲੀਟਰ ਪੈਟਰੋਲ ਨਹੀਂ ਸੀ ਹੂੰ ਉਦੋਂ ਬਾਅਦ ਥੋੜੀ ਜਿਹੀ ਮੰਗਾਈ ਹੋਰ ਹੋਈ ਗਲਾਸ ਦੀ ਥਾਂ ਤੇ ਜੱਗ ਆ ਗਿਆ ਹਾਂ ਤੇ ਜੱਗ ਦੀ ਥਾਂ ਤੇ ਹੁਣ ਹੋਰ ਮੰਗਾਈ ਹੋ ਗਈ ਹੁਣ ਸਾਡੇ ਮੂਰੇ ਲੋਕ ਬਾਲਟੀ ਧਰ ਦੇਣ ਜੇ ਐਵੇਂ ਜਿਵੇਂ ਮੰਗਾਈ ਵਾਧੀ ਗਈ ਤਾਂ ਥੋੜੇ ਜੇ ਟਾਈਮ ਨੂੰ ਢੋਲ ਵੱਢ ਕੇ ਧਰਨਾ ਪਿਆ ਕਰੂਗਾ ਤੇ ਬਾਕੀ ਸਮਾਂ ਬਦਲ ਗਿਆ ਹੁਣ ਅਸੀਂ ਹਰੇਕ ਨੂੰ ਐ ਨਹੀਂ ਕਹਿੰਦੇ ਵੀ ਹਾਂ ਸਾਡਾ ਮਾਣ ਕਰੋ ਜਾਂ ਨਗਦ ਪੈਸੇ ਦਿਓ ਤੁਸੀਂ ਹਿੱਥੋਂ ਪੇਟੀਐਮ ਵੀ ਕਰ ਸਕਦੇ ਹੋ ਬੈਠੇ ਬੈਠੇ ਹਾਂ ਐ ਵੀ ਕਰ ਸਕਦੇ ਹੋ ਹਾਂ ਬੈਠੇ ਬੈਠੇ ਸੋਚ ਦਬੋ ਟਿਸ਼ੂ ਹਾਂ ਤੇ ਮਤਲਬ ਇਹ ਜਿਵੇਂ ਹੁਣ ਜਿਵੇਂ ਤੁਸੀਂ ਕਰਦੇ ਹੋ ਜਾਂ ਸਟੇਜ ਜਿਹੜੀਆਂ ਤੁਹਾਡੀਆਂ ਪਰਫਾਰਮੈਂਸ ਆਏ ਬੱਚੇ ਵੀ ਦੇਖਦੇ ਹੋਣਗੇ ਜਿਹਨੂੰ ਤੁਸੀਂ ਪੜਾਉਣੇ ਉਹ ਨਹੀਂ ਕਿਤੇ ਡਿਮਾਂਡ ਕਰਦੇ ਵੀ ਸਰ ਜੀ ਉਹ ਗੱਲ ਜਿਹੜੀ ਉਹ ਤੁਸੀਂ ਸਟੇਜ ਤੇ કરી ਸੀ। ਹਾਂ ਹਾਂ ਕਰਦੇ ਕਰਦੇ ਆ ਜੀ ਬੜਾ ਕੁਝ ਦੇਖ ਕੇ ਫਿਰ ਉਹ ਫੇਵਰੇਟ ਹੋ ਜਾਂਦੀਆਂ ਚੀਜ਼ਾਂ। ਉਹ ਬੱਚੇ ਪੁੱਛਦੇ ਨਾ ਤੇ ਉਵੇਂ ਜਿਵੇਂ ਕਰਨਾ ਵੀ ਚਾਹੁੰਦੇ ਨਾ। ਮੈਨੂੰ ਆਇਆ ਤਾਂ ਨਹੀਂ ਲੱਗਦਾ ਵੀ ਸੁੱਤੋਂ ਜਵਾਕ ਡਰਦੇ ਹੋਣਗੇ। ਨਾ 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 ਸਾਨੂੰ ਪਿਆਰ ਕਰਦੇ ਨੇ ਬੱਚੇ। ਟਰਾਉਣ ਦੀ ਲੋੜ ਹੀ ਨਹੀਂ ਹੁੰਦੀ ਜੀ ਬੱਚਿਆਂ ਦੀ। ਹਾਂ। ਕਿਉਂਕਿ ਜਦੋਂ ਇਹ ਆਉਂਦੇ ਨੇ ਸਕੂਲਾਂੋਂ ਪੜ੍ਹ ਕੇ ਲਾਹ ਦਿੰਦੇ ਥਕੀਮਾਂ ਬਸ ਗੋਦੀ ਚੜ੍ਹ ਕੇ। ਹਾਂ। ਬੱਚੇ ਅੱਜ ਦੇ ਬੱਚੇ ਕੱਲ ਦੇ ਨੇਤਾਣ ਬੜੇ ਪਿਆਰੇ ਪਿਆਰੇ ਨੇ। ਸਾਫ਼ پاک ਪਵਿੱਤਰ ਰੂਹਾਂ ਹੁੰਦੀਆਂ ਨੇ ਬ ਜਿਹੜੇ ਸਾਡੇ ਕੋਲ ਪੜਦੇ ਆ ਜੀ ਕੋਈ ਹੋਰ ਰੰਗ ਹੋ ਜੇ ਜਾਂਦੇ ਜਾਂਦੇ ਲਾਲ ਹਾਂਜੀ ਜਾਂਦੇ ਜਾਂਦੇ ਇੱਕ ਬਹੁਤ ਵਧੀਆ ਰੰਗ ਕਿ ਸਾਰੀ ਕੌਮ ਦੇ ਜੋ ਨਰਮਾਤਾ ਨੇ ਬਾਜਾਂ ਵਾਲੇ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਸਮੀਸ਼ ਪਿਤਾ ਜੀ ਉਹਨਾਂ ਬਾਰੇ ਸਾਡੇ ਤਾਇਆ ਗੁਰੂ ਸਵਰਗੀ ਦਰਬਾਰ ਸਿੰਘ ਉੱਭਾ ਜੀ ਨੇ ਚਾਰ ਲੈਣਾ ਲਿਖੀਆਂ ਹਨ ਕਿ ਸੱਚੇ ਪਾਸ਼ਾ ਸਾਡਾ ਕਿਸੇ ਦਾ ਬੱਚਾ ਟੱਲਾ ਹੋ ਜੇ ਤੇ ਸਾਰੇ ਪਰਿਵਾਰ ਨੂੰ ਹਫੜਾ ਦਫੜੀ ਮੱਚ ਜਾਂਦੀ ਹੈ ਕਿ ਬੱਚੇ ਨੂੰ ਠੀਕ ਕਿਵੇਂ ਕਰੀਏ ਇਹਨੂੰ ਥੋੜੀ ਜੀ ਤਕਲੀਫ ਹੋ ਗਈ ਤੁਸੀਂ ਐਡੇ ਐਡੇ ਚਾਰ ਸੋਹਣੇ ਬੱਚੇ ਕੌਮ ਤੋਂ ਬਾਰਤੇ ਜੀ ਤੇ ਪਰ ਸੱਚੇ ਪਾਸ਼ਾ ਤੁਸੀਂ ਅੱਖ ਚੋਂ ਇੰਜ ਨਹੀਂ ਸਿੱਟੀ ਹੱਥੀ ਤੋੜ ਕੇ ਜ਼ਿਗਰ ਦੇ ਟੋਟੇ ਤੋਂ ਅੱਖ ਚੋਂ ਨਾ ਹੰਝੂ ਕੇਰਿਆ ਲਓ ਸੁਣੋ ਪਿਆਰ ਨਾਲ ਸ਼ੰਦ ਪੇਸ਼ ਕਰਦੇ ਆ ਕਿ ਪੁੱਤਰਾਂ ਦਾ ਦੁੱਖ ਜਾਵੇ ਨਾ ਸਹਾਰਿਆ ਤੂੰ ਸਹਾਰਿਆ ਕਿਵੇਂ ਇਉਂ ਸੁਣੋ ਜੀ ਉਹ ਪੜ੍ਹ ਇਤਿਹਾਸ ਦਿਲ ਚੂਰ ਹੋ ਗਿਆ ਕੁਰਬਾਨੀ ਤੱਕ ਕੇ ਲਿਖਣ ਦੇ ਲਈ ਮਜਬੂਰ ਹੋ ਗਿਆ ਮੈਂ ਕਲਮ ਚੱਕ ਕੇ ਐ ਨਹੀਂ ਕਿਸੇ ਨੇ ਪਰਵਾਰ ਵਾਰਿਆ ਤੁਸੀਂ ਵਾਰਿਆ ਕਿਵੇਂ ਪੁੱਤਰਾਂ ਦਾ ਦੁੱਖ ਜਾਵੇ ਨਾ ਸਹਾਰਿਆ ਤੂੰ ਸਹਾਰਿਆ ਕਿਵੇਂ ਹੌਸਲਾ ਹਿੰਮਤ ਵੇਖਣੀ ਕਮਾਲ ਨਾ ਤੁਹਾਡੇ ਜੇਰੇ ਵਰਗੀ ਦੁਨੀਆਂ ਦੇ ਉੱਤੇ ਦਾਤਾ ਲੱਭਦੀ ਮਸਾਲ ਨਾ ਦਾਤਾ ਤੇਰੇ ਵਰਗੀ ਕਿਸੇ ਨੇ ਕਰਜ ਉਤਾਰਿਆ ਤੂੰ ਉਤਾਰਿਆ ਕਿਵੇਂ ਪੁੱਤਰਾਂ ਦਾ ਦੁੱਖ ਜਾਵੇ ਨਾ ਸਹਾਰਿਆ ਤੂੰ ਸਹਾਰਿਆ ਕਿਵੇਂ ਪੁੱਤਰਾਂ ਦੀ ਮੌਤ ਵਾਲੀ ਗੱਲ ਸੁਣ ਕੇ ਜਾਣੀ ਪੈਣ ਦੰਦਲਾ ਹੋਈ ਜਾਣ ਘਰ ਜੇ ਚ ਸੱਲ ਸੁਣ ਕੇ ਸੋਨੇ ਦੀਆਂ ਗੰਦਲਾ ਦੇਖ ਇੱਕ ਜਾ ਕੇ ਬੁੱਤ ਨਹੀਂ ਖਲਾਰਿਆ ਤੂੰ ਖਲਾਰਿਆ ਕਿਵੇਂ ਪੁੱਤਰਾਂ ਦਾ ਦੁੱਖ ਜਾਵੇ ਨਾ ਸਹਾਰਿਆ ਤੂੰ ਸਹਾਰਿਆ ਕਿਵੇਂ ਸੋਕ ਸੋਣੀ ਸੋਜੀ ਰਹੇ ਨਾ ਜਹਾਨ ਦੀ ਕਿਸੇ ਇਨਸਾਨ ਦੀ ਕੱਢ ਦੇ ਰੜਕ ਵੱਡੇ ਖੱਬੀ ਖਾਨ ਦੀ ਯੋਧੇ ਬਲਵਾਨ ਦੀ ਆਉ ਜਾਵੇ ਨਾ ਕਿਸੇ ਤੋਂ ਵਖਤ ਗੁਜ਼ਾਰੇ ਆ ਤੂੰ ਗੁਜ਼ਾਰੇ ਆ ਕਿਵੇਂ ਪੁੱਤਰਾਂ ਦਾ ਦੁੱਖ ਜਾਵੇ ਨਾ ਸਹਾਰਿਆ ਤੂੰ ਸਹਾਰਿਆ ਕਿਵੇਂ ਉਹ ਤਰ੍ਹਾਂ ਦਾ ਦੁੱਖ ਜਾਵੇ ਨਾ ਸਹਾਰਿਆ ਤੂੰ ਸਹਾਰਿਆ ਕਿਵੇਂ ਜੀ ਬਹੁਤ ਖੂਬ ਜੀ ਤੁਸੀਂ ਅੱਜ ਤਿੰਨੇ ਭਰਾਵਾਂ ਨੇ ਸਾਨੂੰ ਸਮਾਂ ਦਿੱਤਾ ਉਮੀਦ ਕਰਦੇ ਹਾਂ ਤੁਸੀਂ ਇਦਾਂ ਹੀ ਆਪਣੇ ਸਮਾਜ ਦੀ ਆਪਣੇ ਲੋਕਾਂ ਦੀ ਆਪਣੇ ਖੇਤੇ ਦੀ ਸੇਵਾ ਕਰਦੇ ਰਹੋ ਤੁਸੀਂ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਵੀ ਆਪਣੇ ਵੱਲੋਂ ਟਾਕਬੇਦ ਰਤਨ ਦੇਖ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਉਹਨਾਂ ਤੋਂ ਅੱਗੇ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ